ਸ਼ਸ਼ਿਕਾ ਲੋਕ ਰਣ ਪੰਜਾਬੀ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਔਰ ਐ ਰਾਇਪਰ ਖਬਰਾਂ ਟੌਪ ਦੇ ਆ ਪ੍ਰੋਗਰਾਮ ਦੇ ਵਿੱਚ ਦਿਨ ਭਰ ਨੀਆਂ ਵੱਡੀਆਂ ਖਬਰਾਂ ਤੇ ਵਿਚਾਰ ਚਰਚਾ ਕਰਦੇ ਆਂ ਬਦਲਾ ਤੇ ਆਮ ਆਦਮੀ ਪਾਰਟੀ ਪੁਲਸਟਾਚਾਰ ਦਾ ਨਾਰਾ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੁਣ ਇੱਕ ਗੱਲ ਨਿਕਲ ਕੇ ਆ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਸਕਦੀ ਹੈ ਅਰਵਿੰਦ ਕੇਜਰੀਵਾਲ ਵੀ ਜੇਲ੍ਹ ਜਾ ਸਕਦੇ ਨੇ ਜੇਲ੍ਹ ਦੀ ਉਹ ਸੈਰ ਕਰ ਸਕਦੇ ਨੇ ਇੱਕ ਛੋਟੀ ਜੀ ਨਾਲੇ ਗੱਲ ਚੱਲਦੀ ਹੈ ਕਿ ਰਾਗਵ ਚੱਡਾ ਹੋਰਾਂ ਦਾ ਵੀ ਜਿਹੜਾ ਰਾਹੁ ਕੇਤੂ ਹੈ ਉਹ ਉਹ 파ੜੂ ਪੈ ਸਕਦਾ ਉਹਨਾਂ ਦੇ ਉੱਤੇ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂ ਰਵਿੰਦਰ ਦੀ ਗ੍ਰਿਫਤਾਰੀ ਹੋਊਗੀ ਜੇਲ੍ਹ ਜਾਊਗਾ ਕੇਜਰੀਵਾਲ ਤੇ ਰਾਗਵ ਚੱਡਾ ਦਾ ਕੀ ਬਣੂਗਾ ਇਹਦੇ ਤੇ ਵਿਚਾਰ ਚਰਚਾ ਕਰਾਂਗੇ ਦੂਜਾ ਰੈਸਲਰ ਬੈਠੇ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਆਖਰ ਉਹ ਕੁੱਟੇ ਗਏ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਸਰਕਾਰ ਵੱਲੋਂ ਇੱਕ ਸੁਖਪਾਲ ਖੈਰਾ ਕੋਲੇ ਕਹਿੰਦੇ ਕਿ ਵੀਡੀਓ ਹੈ ਤੇ سوشل میڈیا ਉੱਤੇ ਸਾਰਾ ਹੀ ਪੰਜਾਬ ਉਹ ਵੀਡੀਓ ਮੰਗਦਾ ਇਹ ਵੀਡੀਓ ਦਿਓ ਅਖਰ ਉਹ ਵੀਡੀਓ ਕੀ ਹੈ ਤੇ ਕਿਹਦੀ ਵੀਡੀਓ ਹੈ ਇਹਦੇ ਤੇ ਗੱਲਬਾਤ ਕਰਾਂਗੇ ਇੱਕ 1995 ਦੇ ਵਿੱਚ ਪੰਜਾਬ ਦੇ ਸੀਟਿੰਗ ਸੀਐਮ ਸਰਦਾਰ ਬੈਂਨ ਸਿੰਘ ਦਾ ਬੰਬ ਨਾਲ ਉਡਾ ਕੇ ਕਤਲ ਹੋ ਗਿਆ ਸੀ 15 ਜਣੇ ਹੋਰ ਨਾਲ ਮਾਰੇ ਗਏ ਸੀ ਮੌਜੂਦਾ ਐਮਐਲਏ ਮਾਰੇ ਗਏ ਸੀ ਬੈਂਨ ਸਿੰਘ ਦੇ ਕਈ ਕਰੀਬੀ ਮਾਰੇ ਗਏ ਸੀ ਜਗਤਾਰ ਸਿੰਘ ਤਾਰਾ ਬਲਵੰਤ ਸਿੰਘ ਰਾਜੋਆਣਾ ਜਗਤਾਰ ਸਿੰਘ ਹਵਾਰਾ ਪਰਮਜੀਤ ਸਿੰਘ ਪਿਉਰਾ ਤੇ ਦਲਾਵਰ ਸਿੰਘ ਦਲਾਵਰ ਸਿੰਘ ਦਾ ਮਨੁੱਖੀ ਬੰਬ ਬਣ ਕੇ ਗਿਆ ਸੀ ਥਾਂ ਹੀ ਉਹ ਮਾਰੇ ਗਿਆ ਸੀ ਉਹ ਵੀ ਦੇ ਰਾਜਵਾਲਾ ਨੂੰ ਫਾਂਸੀ ਹੋਈ ਸੀ ਫਾਂਸੀ ਦਾ ਕੇਸ ਚੱਲਦਾ ਸੀ ਲੰਮਾ ਇੱਕ ਡਿਸਪਿਊਟ ਹੈ ਇੱਕ ਵਿਵਾਦ ਹੈ ਬਿੱਤੇ ਦਿਨੀ ਇੱਕ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਸੁਪਰੀਮ ਕੋਰਟ ਜਿਹੜੀ ਗੇਮ ਹੈ ਉਹ ਕੇਂਦਰ ਦੇ ਪਾਲੇ ਦੇ ਵਿੱਚ ਸਿੱਟ ਦਿੰਦੀ ਹੈ ਕਿ ਕੇਂਦਰ ਹੈ ਜਿਹਦੇ ਛੇਤੀ ਫੈਸਲਾ ਲਵੇ ਕਹਿੰਦਾ ਸਾਰੀਆਂ ਇਹ ਖਬਰਾਂ ਤੇ ਜਿਹੜੀ ਹੈਗੀ ਆਪਾਂ ਪਰਮਿੰਦਰ ਜੀ ਨਾਲ ਗੱਲਬਾਤ ਕਰਾਂਗੇ ਪਰਮਿੰਦਰ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਜੀ ਸ਼ੁਕਰੀਆ ਜੀ ਧੰਨਵਾਦ ਗੁਰਜਿੰਦਰ ਜੀ ਜੀ ਪਰਮਿੰਦਰ ਜੀ ਕਹਿੰਦੇ ਕਿ ਇੱਕ ਵੀਡੀਓ ਹੈ ਤੇ ਵੀਡੀਓ ਹੈਗੀ ਕਿਸੇ ਵੱਡੇ ਲੀਡਰ ਦੀ ਜਾਂ ਤਾਂ ਉਸ ਬਾਰੇ ਸੁਖਪਾਲ ਖੈਰਾ ਜਾਣਦਾ లే ਅਸਲ ਦੇ ਵਿੱਚ ਹੈਗੀ ਹੈ ਕੋਈ ਇਦਾਂ ਦੀ ਵੀਡੀਓ ਜਾਂ ਤਾਂ ਉਸ ਬਾਰੇ ਸੁਖਪਾਲ ਖੈਰਾ ਜਾਣਦਾ ਜਾਂ ਫਿਰ ਜਾਣਦੇ ਹਾਂ ਉਸ ਬਾਰੇ ਗਵਰਨਰ ਮਨਵਾਰੀ ਲਾਲ ਪ੍ਰੋਹਿਤ ਵੀਡੀਓ ਕੀ ਹੈ ਕੀ ਦੀ ਹੈ ਕਿਆ ਸਰਾਈਆਂ ਬੜੀਆਂ ਨੇ ਨਾਮ ਬੜੇ ਨੇ ਹਾਲਾਂਕਿ ਉਰਜਾਣ ਵੀ ਬੜਾ ਹੋ ਗਿਆ ਸ਼ੁਰੂਆਤ ਕਿਸ ਨੇ ਕੀਤੀ ਇਸ ਦੀ ਉਹ ਵੀ ਆਪਾਂ ਜਾਣਦੇ ਹਾਂ ਕਿ ਪਿਛਲੇ 5-7 ਸਾਲਾਂ ਦੇ ਵਿੱਚ ਜਿਹੜੀਆਂ ਆਪਣੇ ਵਿਰੋਧੀਆਂ ਦੀ ਵੀਡੀਓ ਵਾਇਰਲ ਕਰਨੀਆਂ ਹੋ ਗਈਆਂ ਉਹ ਕਿੱਥੋਂ ਸ਼ੁਰੂਆਤ ਹੋਈ ਕਿਵੇਂ ਰਾਜਨੀਤੀ ਨਗਾਰ ਦੇ ਵਿੱਚ ਆਈ ਉਹਦੇ ਕਦੇ ਫੇਰ ਸਹੀ ਤੇ ਇੱਕ ਵੀਡੀਓ ਹੈ ਕਿਵੇਂ ਦੇਖਦੇ ਉਸ ਵੀਡੀਓ ਨੂੰ ਅ ਜਿਹੜੀ ਤੁਸੀਂ ਗੱਲ ਬਾਅਦ ਵਿੱਚ ਕੀਤੀ ਹੈ ਇਸ ਖਬਰ ਦੇ ਐਂਡ ਬੜੀ ਲਾਈਨ ਤੇ ਕਹੀ ਹੈ ਵੀ ਰੁਝਾਨ ਬਹੁਤ ਹੈ ਵੀਡੀਓ ਦਾ ਗੱਲ ਤਾਂ ਇੱਥੋਂ ਚੱਕਣੀ ਬਣਦੀ ਹੈ ਕਿ ਪੰਜਾਬ ਕਿੰਨਾ ਚੀਜ਼ਾਂ ਲਈ ਤਰਸ ਰਿਹਾ ਹੈ ਪੰਜਾਬ ਦੇ ਲੋਕ ਕਿਹਨਾ ਚੀਜ਼ਾਂ ਨੂੰ ਕਲਪ ਰਿਹਾ ਨੇ ਪੰਜਾਬ ਦੇ ਲੋਕਾਂ ਕੋਲ ਹੈ ਕੀ ਆ ਸਿਵਾਏ ਡਾਂਗਾ ਖਾਣ ਦੇ ਚੋਣਾ ਦੇ ਵਿੱਚ ਇੱਕ ਦੂਜੇ ਦਾ ਕਤਲ ਕਰ ਲੰਦੇ ਸੋਟੀਆਂ ਲੈ ਕੇ ਹਥਿਆਰ ਲੈ ਕੇ ਇੱਕ ਦੂਜੇ ਨੂੰ ਚੱਕਮੀ ਕਰਨ ਦੇ ਔਰ ਇਹਨਾਂ ਪੋਲੀਟਿਸ਼ਨਾਂ ਦੇ ਤਲਵੇ ਚੱਟਣ ਤੋਂ ਬਿਨਾਂ ਪੰਜਾਬ ਦੇ ਕੋਲ ਪੰਜਾਬ ਦੇ ਲੋਕਾਂ ਦੇ ਕੋਲ ਹੈ ਕੀ ਆ ਉਹ ਉਹ ਜੇ ਇੱਕ ਚੀਜ਼ ਬਚਦੀ ਆ ਉਹ ਹੈ ਆਹ ਗੰਦ ਇਹ ਜਿਹੜਾ ਇਹ ਚਾਹੇ ਉਹ ਫਿਲਮਾਂ ਦੇਖ ਲੋ ਪੋਰਨ ਵੀਡੀਓਜ਼ ਦੇ ਪਿੱਛੇ ਲੱਗੇ ਹੋਏ ਨੇ ਪੰਜਾਬ ਦੇ ਨੌਜਵਾਨ ਠੀਕ ਹੈ ਜੀ ਪੰਜਾਬ ਦੇ ਨੌਜਵਾਨ ਪੜ੍ਹਾਈ ਛੱਡ ਕੇ ਪੰਜਾਬ ਦੇ ਨੌਜਵਾਨ ਖੇਤੀ ਛੱਡ ਕੇ ਧੰਦੇ ਛੱਡ ਕੇ ਹੋਰ ਬਿਜ਼ਨਸ ਛੱਡ ਕੇ ਅੱਛੀ ਸੋਚ ਛੱਡ ਕੇ ਜਿਹੜੀਆਂ ਧਾਰਮਿਕ ਮਰਿਆਦਾਆਂ ਉਹਨਾਂ ਨੂੰ ਛੱਡ ਕੇ ਭੁਲਾ ਕੇ ਠੀਕ ਹੈ ਇਹ ਆਸ਼ਕੀਆਂ ਦੇ ਪਿੱਛੇ ਲੱਗੇ ਹੋਏ ਨੇ ਪੋਲੀਟਿਸ਼ੀਅਨ ਇਹਨਾਂ ਚੀਜ਼ਾਂ ਦਾ ਵੱਡੇ ਪੱਦਰ ਤੇ ਫਾਇਦਾ ਲੈਂਦੇ ਨੇ ਉਹ ਉਹਨਾਂ ਦੇ ਵਿੱਚ ਕੀ ਹੈ ਹੁਣ ਇੱਕ ਆਹ ਜਿਹੜੀਆਂ ਇੱਕ ਦੂਜੇ ਦੇ ਅ ਕੈਰੈਕਟਰ ਉਤੇ ਚਰਿੱਤਰ ਉਤੇ ਇਦਾਂ ਵੀਡੀਓ ਵਾਇਰਲ ਕਰਕੇ ਨਾਮਣਾ ਖੱਟਣ ਦੀ ਦੌੜ ਲੱਗੀ ਹੁੰਦੀ ਆ ਤੇ ਲੋਕ ਉਹਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਕਿ ਕਦੋਂ ਵਾਇਰਲ ਹੋਵੇ ਮੈਂ ਇੱਥੇ ਇੱਕ ਗੱਲ ਕਰਨੀ ਚਾਹੁੰਦਾ ਕਿ ਸਾਡੀ ਮਟੀਰੀਟੀ ਪੰਜਾਬ ਦੇ ਲੋਕਾਂ ਦੀ ਇਦਾਂ ਦੀ ਹੋਗੀ ਕਿ ਅਸੀਂ ਫੇਸਬੁੱਕ ਸੋਸ਼ਲ ਮੀਡੀਆ ਜੋ ਵੀ ਦੇ ਸੋਰਸਸ ਨੇ ਸੋਸ਼ਲ ਮੀਡੀਆ ਦੇ ਸਾਰਿਆਂ ਦੇ ਉੱਤੇ ਲਗਾਤਾਰ ਮੈਸੇਜ ਛਾੜਨ ਲੱਗੇ ਵੀ ਅਸੀਂ ਸ਼ਰਮ ਨਹੀਂ ਮਹਿਸੂਸ ਕਰਦੇ ਵੱਡੀਆਂ-ਵੱਡੀਆਂ ਉਮਰਾਂ ਵਾਲੇ ਨੌਜਵਾਨ ਕੀ ਉਹ ਵੀ ਇਦਾਂ ਲੱਗੇ ਹੋਏ ਨੇ ਕਿ 5 ਤਰੀਕ ਨੂੰ ਰਿਲੀਜ਼ ਹੋਣੀ ਆ ਫਲਾਣੀ ਨੂੰ ਰਿਲੀਜ਼ ਹੋਣੀ ਆ ਖੈਰਾ ਦੀ ਬੱਲੇ-ਬੱਲੇ ਖੈਰਾ ਸਾਹਿਬ ਕੋਲ ਵੀਡੀਓ ਆ ਗਈ ਠੀਕ ਆ ਆ ਗਈ ਹੋ ਕੋਈ ਗੱਲ ਨਹੀਂ ਠੀਕ ਆ ਉਹ ਵੱਖਰੀ ਗੱਲ ਐ ਇੱਕ ਪਰ ਇਹ ਨਹੀਂ ਸੋਚਦੇ ਕਦੇ ਕਿ ਜੇ ਵੀਡੀਓ ਵਾਇਰਲ ਹੁੰਦੀ ਹੈ ਕਿਸੇ ਦੀ ਵੀ ਹੁੰਦੀ ਹੈ ਤਾਂ ਉਹ ਉਹਨੂੰ ਕੌਣ ਨਹੀਂ ਦੇਖ ਸਕਦਾ ਕੀਤੀਆਂ ਭੈਣਾ ਨਹੀਂ ਦੇਖ ਸਕਦੀਆਂ ਬੱਚੇ ਬੱਚੀਆਂ ਨਹੀਂ ਦੇਖ ਸਕਦੇ ਘਰਾਂ ਦੇ ਵਿੱਚ ਮਾਪੇ ਵਾਪ ਨਹੀਂ ਦੇਖ ਸਕਦੇ ਤੇ ਅਸੀਂ ਬੇਸਬਰੀ ਨਾਲ ਇਹਨ ਇਨਵਿਟੇਸ਼ਨ ਦੇ ਰਹੇ ਹਾਂ ਜਲਦੀ ਰਿਲੀਜ਼ ਕਰੋ ਜਲਦੀ ਰਿਲੀਜ਼ ਕਰੋ ਸਾਡੀ ਮਟਰੈਲਿਟੀ ਦੀ ਗੱਲ ਕਰਦਾ ਕਿੱਥੇ ਅਸੀਂ ਖੜ ਕੇ ਸੋਚ ਰਹੇ ਹਾਂ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਾ ਭੁੱਲ ਗਏ ਜਾਂ ਪੋਲਿਟਿਸ਼ਨਾਂ ਕੋਲ ਗੱਲ ਐ ਹੀ ਨਹੀਂ ਰਹੀ ਹੁਣ ਕੋਈ ਦੱਸਣ ਨੂੰ ਸੁਣਨ ਨੂੰ ਕਰਨ ਨੂੰ ਸਿਸਟਮ ਇੰਨਾ ਵਿਗੜ ਗਿਆ ਹਾਲਾਂਕਿ ਕਹਿੰਦਾ ਯਾਰ ਮੈਂ ਵੀ ਮੈਂ ਕਿਉਂ ਪਿੱਛੇ ਰਹਾ ਮੈਨੂੰ ਇਧਰੋਂ ਮਸ਼ਹੂਰੀ ਮਿਲਦੀ ਐ ਮੈਂ ਲੈ ਲਾਂ ਹਾਲਾਂਕਿ ਇਹ ਇਹ ਪਰਸਨਲ ਮਾਮਲਾ ਠੀਕ ਹੈ ਇੱਕ ਬੰਦੇ ਦੇ ਇੱਕ ਬੰਦੇ ਦੇ ਸਿਰ ਵੱਡੀ ਜ਼ਿੰਮੇਵਾਰੀ ਹੁੰਦੀ ਆ ਉਹਨੂੰ ਸੋਸ਼ਲ ਲਾਈਫ ਵੀ ਦੇਖਣੀ ਪੈਂਦੀ ਆ ਠੀਕ ਹੈ ਉਹ ਆਪਾਂ ਇਸ ਗੱਲ ਨਾਲ ਸਹਿਮਤ ਨਹੀਂ ਲੀਡਰ ਆ ਤਾਂ ਘੱਟੋ ਘੱਟ ਕੈਰੇਕਟਰ ਇਹ ਉਹ ਸਾਰੀਆਂ ਚੀਜ਼ਾਂ ਚੰਗੀਆਂ ਸੀ ਪਰ ਅਸੀਂ ਚੁਣਦੇ ਵੀ ਤਾਂ ਉਹਨਾਂ ਨੂੰ ਹੀ ਆ ਅਸੀਂ ਉਹ ਚੁਣਦੇ ਆ ਕੋਈ ਹੋਰ ਬਾਹਰੋਂ ਚੁਣ ਕੇ ਦੇ ਜਾਂਦਾ ਜਿਹੜੇ ਅੱਜ ਵੀਡੀਓ ਦੀ ਚਾਹੇ ਉਹ ਲੰਗਾ ਦੀ ਵੀਡੀਓ ਸੀ ਚਾਹੇ ਉਹ ਇੱਕ ਇਹਨਾਂ ਦਾ ਆ ਆਦਮੀ ਦਾ ਹੋਰ ਆਗੂ ਪਠਾਨ ਵਾਂਗ ਜਰਾ ਉਹਦੀ ਵੀਡੀਓ ਸੀ ਚਾਹੇ ਪਹਿਲਾਂ ਹੋਰ ਬਥੇਨੀਆਂ ਆਈਆਂ ਨੇ ਜਾਂ ਆਉਣਗੀਆਂ ਵੀ ਠੀਕ ਹੈ ਕਿਤੇ ਜੇ ਲੰਗਾ ਦੀ ਗੱਲ ਕਰ ਲਈ ਉਹਦੇ ਬਾਰੇ ਬਥੇਰਾ ਕੁਝ ਬੋਲਿਆ ਸੁਣਿਆ ਗਿਆ ਠੀਕ ਹੈ ਉਹ ਇੱਕ ਅ ਪੰਥਕ ਜਿਹੜਾ ਆਪਾਂ ਮਰਿਆਦਾ ਕਹਿ ਲਉ ਹਨਾ ਸਿੱਖਾਂ ਨਾਲ ਸੰਬੰਧਿਤ ਅੰਮ੍ਰਿਤਧਾਰੀ ਹੋਣ ਜਿੱਥੇ ਪੂਰਨ ਤੌਰ ਤੇ ਵਰਜਿਤ ਇਹ ਚੀਜ਼ ਹੈ ਹਨਾ ਉਥੇ ਉਹਦੇ ਨਾਲ ਸੰਬੰਧਿਤ ਸੀ ਅੰਮ੍ਰਿਤ ਛੱਕ ਕੇ ਇਦਾਂ ਦਾ ਕੰਮ ਕਰਨਾ ਉਹਨੂੰ ਵੀ ਵਾਇਰਲ ਤਾਂ ਚਲੋ ਮੈਂ ਕਹਤਾ ਹੋ ਗਈ ਹੁਣ ਵੀ ਹੋ ਜਾਣੀ ਐ ਉਹਨੂੰ ਰੁਕਦਾ ਤਾਂ ਕੋਈ ਹੁੰਦਾ ਨਹੀਂ ਹੁੰਦਾ ਪਬਲਿਸਿਟੀ ਦੇਣੀ ਪਰ ਉਹਦੇ ਤੇ ਜੇ ਕੋਈ ਗੱਲ ਜਾਂ ਕਮੈਂਟ ਜਾਂ ਕੋਈ ਸਜ਼ਾ ਜਾਂ ਕੁਝ ਹੋਰ ਹੁੰਦਾ ਤਾਂ ਉਹਦੇ ਇਹ ਇਹ ਮਕਸਦ ਸੀ ਕਿ ਇਹ ਜਿੱਥੇ ਸਿੱਖ ਧਰਮ ਦੇ ਵਿੱਚ ਇਸ ਚੀਜ਼ ਦੀ ਮਨਾਹੀ ਹੈ ਉਹ ਉਸ ਚੀਜ਼ ਦਾ ਘਾਣ ਕਰ ਰਿਹਾ ਹੈ ਉਸ ਮਰਿਆਦਾ ਦਾ ਘਾਣ ਕਰ ਰਿਹਾ ਹੈ ਉਹਦੇ ਤੇ ਇਹ ਚੀਜ਼ ਉਹਦੇ ਤੇ ਸਜ਼ਾ ਜਾਂ ਉਹਦੇ ਤੇ ਕਮੈਂਟ ਹੋਣਾ ਲਾਜ਼ਮੀ ਇਸ ਕਰਕੇ ਸੀਗਾ ਬਾਕੀ ਤਾਂ ਪਰਸਨਲ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਐਸੇ ਪੋਲੀਟੀਸ਼ੀਅਨ ਹੈਗੇ ਨੇ ਜਿਨ੍ਹਾਂ ਦੇ ਉੱਤੇ ਕਾਰਵਾਈਆਂ ਕਦੇ ਹੋਈਆਂ ਹੀ ਨਹੀਂ ਉਹਨਾਂ ਦੀਆਂ ਵੀਡੀਓਜ਼ ਆ ਉਹਨਾਂ ਬਾਰੇ ਤਾਂ ਉਹ ਸ਼ਰੀਆਮ ਅਗਲੇ ਮੰਨਦੇ ਨੇ ਆ ਕੇ ਲਗਾਤਾਰ ਜਿੱਤੇ ਦੇ ਵੀ ਆ ਰਹੇ ਨੇ ਤੁਸੀਂ ਜੇ ਦੇਖੋ ਪੜੋ ਕਿਤੇ ਤੇ ਤੁਹਾਨੂੰ ਪੜਨ ਦਾ ਟਾਈਮ ਲੱਗੇ ਤਾਂ ਪੜ ਵੀ ਸਕਦੇ ਹੋ ਵੀ ਕੌਣ-ਕੌਣ ਬੰਦੇ ਨੇ ਜਿਨ੍ਹਾਂ ਦੇ ਵਿੱਚ ਲੇਡੀਜ਼ ਵੀ ਸ਼ਾਮਲ ਨੇ ਚਲੋ ਵੱਖਰੀ ਗੱਲ ਪਰ ਹੁਣ ਸਾਡਾ ਮੈਂ ਸਿਰਫ ਇੱਥੇ ਵੀਡੀਓ ਦੀ ਗੱਲ ਨਹੀਂ ਕਰਨੀ ਵਾਹ ਵਾ ਲੈਣ ਲਈ ਲੋਕ ਬੜੇ ਤਾਅਵਲੇ ਨੇ ਜੀ ਹੂੰ ਉਹਨਾਂ ਨੂੰ ਹੁਣ ਜੇ ਕਿਸੇ ਨੇ ਘਰ ਚ ਬੈਠ ਕੇ ਕਿਸੇ ਬੰਦੇ ਨੇ ਦੇਖ ਲਈ ਤਾਂ ਜ਼ਰੂਰ ਹੀ ਥੋੜੀ ਹੋਊ ਵੀ ਉਸ ਨੇ ਇਕੱਲੇ ਨੇ ਦੇਖੀਏ ਬਾਕੀ ਕੋ ਹੋਰ ਦੇਖੂਣ ਉਹਦੇ ਬੱਚੇ ਵੀ ਦੇਖਣਗੇ ਉਹਦੀ ਧੀ ਭੈਣ ਵੀ ਦੇਖ ਸਕਦੀ ਆ ਉਹਦੇ ਮਾਪੇ ਵੀ ਦੇਖਣਗੇ ਤੇ ਉਹ ਕੀ ਅਸਰ ਹੋਊਗਾ ਉਹਨਾਂ ਤੇ ਇਹੇ ਸੋਚ ਕੇ ਪੋਲੀਟਿਸ਼ੀਨਾਂ ਨੂੰ ਵੀ ਪੋਲੀਟਿਸ਼ੀਨਾਂ ਦੇ ਕਿਹੜਾ ਘਰ ਦੇ ਪਰਿਵਾਰ ਨਹੀਂ ਹੈਗੇ ਕਿ ਉਹਨਾਂ ਦੇ ਬੀਬੀ ਬੱਚੇ ਨਹੀਂ ਹੈਗੇ ਭੈਣਾ ਨਹੀਂ ਹੈਗੇ ਮਾਪੇ ਨਹੀਂ ਹੈਗੇ ਸਾਰਾ ਕੁਝ ਹੈ ਉਹ ਵੀ ਵਾਇਰਲ ਨਾ ਵਾਇਰਲ ਕਰਨ ਲੱਗੇ ਸੰਗਦੇ ਆ ਨਾ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਵੇਲੇ ਜਦੋਂ ਜਾਂ ਇਹ ਜੇ ਕੰਮ ਕਰਨ ਵੇਲੇ ਸੰਗਦੇ ਆ ਕਿ ਅਸੀਂ ਲੀਡਰ ਬਣਨਾ ਹੈ ਅਸੀਂ ਇਧਰਲੇ ਪਾਸੇ ਜਾਣਾ ਹੈ ਅਸੀਂ ਸਮਾਜ ਦੇ ਆਗੂ ਬਣਨਾ ਹੈ ਸਮਾਜ ਸੇ ਸਮਾਜ ਨੂੰ ਸੇਧ ਦੇਣ ਵਾਲੇ ਬਣਨਾ ਉਹ ਚੀਜ਼ ਸੋਚਦੇ ਹੀ ਨਹੀਂ ਹੈਗੇ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸੋਚਣ ਵਾਲੀ ਗੱਲ ਤਾਂ ਇਹ ਆ ਰੁਝਾਨ ਵਾਲੀ ਗੱਲ ਤੋਂ ਮੈਂ ਇਹ ਗੱਲ ਚੱਕ ਰਿਹਾ ਬਾਕੀ ਦਾ ਸਾਰਾ ਪੋਲਿਟਿਕ ਪੋਲਿਟੀਕਲ ਫਾਇਦਾ ਹੈ ਉਹ ਸਾਰੇ ਲੰਦੇ ਨੇ ਕਿ ਕੋਈ ਆ ਚਾਹੇ ਮੈਂ ਕੋ ਇਹ ਨਹੀਂ ਕਹਿੰਦਾ ਕਿ ਕਾਲੀ ਨੇ ਕੀ ਕਾਂਗਰਸੀ ਨੇ ਕੀ ਆਮ ਆਦਮੀ ਪਾਰਟੀ ਜਿੱਥੇ ਜਿਹਦਾ ਦਾਰ ਲੱਗਦਾ ਅਗਲਾ ਖੇਡਦਾ ਉਹਨਾਂ ਨੇ ਤਾਂ ਆਪਣੇ ਕੈਰੀਅਰ ਦੇਖਣੇ ਨੇ ਉਹ ਉਹ ਦੇਖਦੇ ਨੇ ਮੈਂ ਸਿਰਫ ਇਹੀ ਗੱਲ ਕਰਨਾ ਵੀ ਸਮਾਜ ਦੇ ਵਿੱਚ ਸਾਡਾ ਕੀ ਸੁਨੇਹਾ ਜਾ ਰਿਹਾ ਕਿ ਪੰਜਾਬੀ ਕਿੱਦਾਂ ਦੇ ਨੇ ਤੇ ਪੰਜਾਬੀ ਕਿਸ ਚੀਜ਼ ਦੀ ਵੇਟ ਕਰਦੇ ਨੇ ਅੱਜ ਅੱਜ ਜੇ ਅੱਜ ਦਾ ਦੌਰ ਦੇਖਿਆ ਜਾਵੇ ਨਾ ਪੰਜਾਬ ਕੋਲ ਨਾ ਤਾਂ ਹੁਣ ਪਾਣੀ ਰਹਿਣਾ ਅੱਗੇ ਅੱਗੇ ਤੁਹਾਨੂੰ ਪਤਾ ਹੈ ਪੈਸਟੀਸਾਈਡ ਵਗੈਰਾ ਇੰਨਾ ਕ ਪਾਉਣ ਲੱਗੇ ਉਹ ਖੇਤੀਬਾੜੀ ਯੂਨੀਵਰਸਿਟੀ ਵਾਲੇ ਵੀ ਕਹਿਣ ਲੱਗੇ ਜਾਂ ਜਿਹੜੇ ਇਥੇ ਇੰਸਟੀਚਿਊਟ ਖੋਰ ਜਿਹੜੇ ਟ੍ਰੇਨਿੰਗ ਦਿੰਦੇ ਆ ਕੋਈ ਮੱਝਾਂ ਦੀ ਜਾਂ ਹੋਰ ਖਾਦਾਂ ਦੀ ਕਿੱਦਾਂ ਬਣਾਉਣੀਆਂ ਨੇ ਕਿਉਂਕਿ ਸਰਕਾਰੀ ਸਕੀਮਾਂ ਆਉਂਦੀਆਂ ਨੇ ਲੋਨ ਵਗੈਰਾ ਉਹ ਵੀ ਕਹਿਣ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤ ਮਰ ਜਾਣੇ ਆ ਜਾਨੀ ਕਿ ਪੈਸਟੀਸਾਈਡ ਇੰਨਾ ਹੋ ਜਾਣਾ ਕਿ ਖੇਤ ਜਿਹੜੇ ਹੈਗੇ ਧਰਤੀ ਬੰਜਰ ਹੋਣੀ ਸ਼ੁਰੂ ਹੋ ਜਾਣੀ ਹੈ ਕੋਈ ਪੈਦਾਵਾਰ ਥੋੜੀ ਸਿਰੇ ਨਹੀਂ ਚੜਨੀ ਫਿਰ ਉਹ ਉਹ ਉਹਨਾਂ ਬਾਰੇ ਕੋਈ ਚਿੰਤਾ ਤਾਂ ਨਹੀਂ ਪਾਣੀ ਗਿਆ ਖੇਤੀ ਕੀ ਬਿਜ਼ਨਸ ਇਹ ਗਿਆ ਖਤਮ ਹੋ ਜਣਾ ਆਉਣ ਵਾਲੇ ਸਮੇਂ ਚ ਸਾਡੀਆਂ ਆਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਪੜਾਈ ਤੁਸੀਂ ਆਪ ਦੇ ਆਪ ਖਤਮ ਕਰ ਲਈ ਆ ਸੋਸ਼ਲ ਮੀਡੀਆ ਨੇ ਭੱਠਾ ਉਠਾਦਾ ਗਾਣੇ ਵੀਡੀਓ ਇੱਕ ਹੋਰ ਵਾਇਰਲ ਹੋਇਆ ਨਸ਼ਾ ਥੋੜਾ ਚੀਟਾ ਜਿਹੜਾ ਹੈਗਾ ਉਹਨੇ ਉਹਨੇ ਆ ਵੀਡੀਓ ਲੁਧਿਆਣੇ ਦੇ ਮੁੰਡੇ ਦੀ ਵਾਇਰਲ ਹੋਈਏ ਦੇਖ ਹੀ ਰਹੇ ਸੀ ਆਪਾਂ ਰੋਜਿੰਦਰ ਜੀ ਉਹ ਉਹ ਦੇਖ ਲਓ ਇੱਕ ਛੋਟਾ ਜਿਹਾ ਮੁੰਡਾ ਨਾਰਚ ਟੀਕੇ ਲਾ ਰਿਹਾ ਹੈ ਆਹ ਵੀਡੀਓ ਸਾਨੂੰ ਵੇ ਸਬਰੀ ਨਾਲ ਇੰਤਜ਼ਾਰ ਹੈ ਸਾਨੂੰ ਇਹ ਨਹੀਂ ਫਿਕਰ ਵੀ ਸਾਡੇ ਬੱਚੇ ਪੜ੍ਹ ਰਹੇ ਨੇ ਸਾਡੇ ਬੱਚੇ ਦਾ ਭਵਿੱਖ ਕਿੱਦਾਂ ਨਾਣਾ ਹੈ ਅਸੀਂ ਉਹਨੂੰ ਕੀ ਕਰਾਉਣਾ ਹੈ ਇਹ ਫਿਕਰ ਨਹੀਂ ਅਸੀਂ ਦੇਖਦੇ ਕਿ ਅਸੀਂ ਦੇਖਣੋਂ ਪਿੱਛੇ ਨਾ ਰਹਿ ਜੀ ਇਹ ਵੀਡੀਓ ਤੇ ਐਸੀਆਂ ਖਬਰਾਂ ਨਾਸ਼ਰ ਕਰਨ ਵਾਲੇ ਪਤਾ ਨਹੀਂ ਕਿ ਐਸੇ ਮੀਡੀਆ ਦੇ ਬੰਦੇ ਨੇ ਐਸੀਆਂ ਖਬਰਾਂ ਦੇਣ ਵਾਲੇ ਪੋਲੀਟੀਸ਼ੀਅਨ ਪਤਾ ਨਹੀਂ ਕਹੇ ਜੇ ਨੇ ਸਾਨੂੰ ਸਮਝ ਤੋਂ ਬਾਹਰ ਹੈ ਕਿ ਅਸੀਂ ਲਾਈਕ ਸਾਰੇ ਇਕੱਠੇ ਰਲ ਕੇ ਲੈ ਕੇ ਕਿੱਧਰ ਜਾਣਾ ਚਾਹੁੰਦੇ ਪੰਜਾਬ ਨੂੰ ਪੋਲੀਟੀਸ਼ੀਅਨ ਸਭ ਤੋਂ ਵੱਧ ਜ਼ਿੰਮੇਵਾਰ ਨੇ ਠੀਕ ਹੈ ਉਨੇ ਕੀਤਾ ਤਾਂ ਉਹਦੇ ਲਈ ਜੇ ਕੋਈ ਸਜ਼ਾ ਦਾ ਕਾਨੂੰਨ ਮੁਤਾਬਕ ਕਾਰਵਾਈ ਕਰ ਦੋ ਉਹਦੀ ਉਹਦੀ ਐਮਐਲਏ ਸ਼ਿਪ ਹੈ ਜਾਂ ਹੋਰ ਜੋ ਵੀ ਕੁਝ ਹੈਗਾ ਉਹ ਉਹ ਰੱਦ ਕਰਵਾ ਦੋ ਜੇ ਕੋਰਟ ਇਜਾਜ਼ਤ ਦਿੰਦਾ ਹੈ ਕਰਵਾ ਦੋ ਪਰ ਸਮਾਜ ਦੇ ਵਿੱਚ ਇੰਦਾ ਗੰਦ ਤਾਂ ਨਾ ਪਾਓ ਸਮਾਜ ਨੂੰ ਤਾਂ ਇੱਕ ਟੁਕੜਾ ਸਾਫ਼ ਸੁਥਰਾ ਰਹਿਣ ਦਿਓ ਉੱਥੇ ਧੀਆ ਭੈਣਾ ਹੋਰ ਬੱਚੇ ਬੱਚੀਆਂ ਨੇ ਜਿਨ੍ਹਾਂ ਦੇ ਭਵਿੱਖ ਨੇ ਤੁਸੀਂ ਤਾਂ ਖਾ ਲਿਆ ਪੀ ਲਿਆ ਖਰਚ ਲਿਆ ਤੁਸੀਂ ਪੈਸਾ ਵੀ ਕਮਾ ਲਿਆ ਪੋਲੀਟੀਸ਼ੀਅਨ ਬਣ ਕੇ ਪੋਲੀਟੀਕਲ ਲਾਈਨ ਦੇ ਵਿੱਚੋਂ ਕੱਢ ਲੈ ਜਿਹੜਾ ਕੁਝ ਕਰਨਾ ਜਾਂ ਕੱਢ ਲੋਂਗੇ ਤੁਹਾਡੇ ਬੱਚੇ ਵੀ ਕੱਢ ਲੈਣੇ ਕਿਉਂਕਿ ਪੀੜੀਦਰ ਪੀੜੀ ਚੱਲਦਾ ਹੈ ਪਰ ਇਹ ਇਹ ਨਾ ਜਾਂ ਜਿਹੜੇ ਦੇਖਣ ਦਾ ਚਸ਼ਕਾ ਰੱਖਦੇ ਆ ਉਹ ਉਹ ਵੀ ਆਪਣਾ ਚਸ਼ਕਾ ਪੂਰ ਕਰਨ ਦੇਣਗੇ ਪੂਰਾ ਪਰ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਅੱਗੇ ਜਾ ਕੇ ਹਲੇ ਹੋਰ 10 ਸਾਲਾਂ ਨੂੰ 15 ਸਾਲਾਂ ਨੂੰ ਆਪਣੇ ਫਿਊਚਰ ਬਾਰੇ ਸਟੈਂਡ ਕਰਨਾ ਫਿਊਚਰ ਦੇਖਣਾ ਜਾਂ ਕੁਝ ਬਣਨ ਦੇ ਯੋਗ ਹੋਣਾ ਉਹ ਕਿੱਧਰੋਂ ਜਾਣਗੇ ਉਨਾਂ ਨੂੰ ਤਾਂ ਥੋੜੀ ਲੋੜ ਆ ਥੋੜੀ ਸੋਚ ਦੀ ਲੋੜ ਆ ਥੋੜੀ ਸੋਚ ਐ ਜੇ ਐ ਜੀ ਗੰਦੀ ਆ ਉਹ ਕਿਵੇਂ ਬਣ ਜਾਣਗੇ ਕੁਝ ਸੋਚਣ ਵਾਲੀ ਗੱਲ ਆ ਮੈਂ ਬਹੁਤਾ ਵੀਡੀਓ ਬਾਰੇ ਨਹੀਂ ਗੱਲ ਕਰ ਰਹਾ ਮੈਂ ਮਾਨਸਿਕਤਾ ਦੀ ਗੱਲ ਕਰਦੇ ਆ ਥੋੜਾ ਜਿਹਾ ਇਹਨੂੰ ਖੜਕਾਓ ਦਿਮਾਗ ਨੂੰ ਅਸੀਂ ਕਿੱਦਾਂ ਨੂੰ ਤੁਰੇ ਆ ਲੋੜ ਨਹੀਂ ਹੈਗੀ ਇਹ ਨਾ ਪਿੱਛੇ ਲੱਗਣ ਦੀ ਵੋਟ ਪਾਣਾ ਸੋਚ ਸਮਝ ਕੇ ਪਹਿਲਾਂ ਹੀ ਪਾ ਦੋ ਜਿਤਾਇਆ ਵੀ ਤੁਸੀਂ ਐ ਹਰਾਇਆ ਵੀ ਤੁਸੀਂ ਜਿਸ ਨੂੰ ਜਿਤਾਉਣਾ ਤੁਸੀਂ ਜਿਤਾਉਣ ਵਾਲੇ ਆ ਜਿਹਨੂੰ ਹਰਾਉਣਾ ਤੁਸੀਂ ਹਰਾਉਣ ਵਾਲੇ ਹੋ ਜੀ ਪਰਮਿੰਦਰ ਜੀ ਇੱਥੇ ਇੱਕ ਪੱਖ ਹੈਗਾ ਜਿਹੜਾ ਪੱਖ ਕੋਈ ਵਿਚਾਰ ਨਹੀਂ ਰਿਹਾ ਹੈਗਾ ਉਹ ਪੁੱਛੇਗਾ ਕਿ ਪਹਿਲਾਂ ਤਾਂ ਮੈਨੂੰ ਤਾਂ ਇਹ ਕਲੀਅਰ ਨਹੀਂ ਹੈਗਾ ਕਿ ਵੀਡੀਓ ਹੈਗੀ ਵੀ ਉਹ ਜਾਂ ਕੋਈ ਵੀਡੀਓ ਨਹੀਂ ਹੈਗੀ ਤੇ ਜੇਕਰ ਕਿਸੇ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੱਡੇ ਕੈਬਨਿਟ ਰੈਂਕ ਦਾ ਕੋਈ ਬੰਦਾ ਜਿੱਦੀ ਆਹ ਵੀਡੀਓ ਹੈ ਤਾਂ ਵੀਡੀਓ ਹੋਣਾ ਨਾ ਹੋਣਾ ਵਿੱਚ ਲੋ ਇੱਕ ਅਲੱਗ ਗੱਲ ਹੋ ਸਕਦਾ ਮੈਨੂੰ ਇਹ ਕਿ ਵੀ ਫਿਰ ਉਹ ਵੀਡੀਓ ਬਣਾਈ ਕਿਨੇ ਹੋਊਗੀ ਮੰਤਰੀ ਨੇ ਆਪ ਬਣਾਈ ਹੋਊਗੀ ਸਵਾਲ ਤਾਂ ਇਹ ਵੀ ਪੈਦਾ ਹੁੰਦਾ ਨਾ ਨਹੀਂ ਦੇਖੋ ਜਦੋਂ ਮੈਂ ਫੇਰ ਵੀ ਗੱਲ ਕਰਦਾ ਤੇ ਜਦੋਂ ਕੋਈ ਗੱਲ ਤੇ ਇਦਾਂ ਦਾ ਕੰਮ ਕਰਦਾ ਉਹਦਾ ਨਾਲ ਦਾ ਬੰਦਾ ਜਾਂ ਉਹ ਤਾਂ 파ਟਰਨਰੀ ਇਦਾਂ ਦਾ ਉਹਨੂੰ ਪਤਾ ਹੁੰਦਾ ਕਿ ਕਿਤੇ ਨਾ ਕਿਤੇ ਜਾ ਕੇ ਆਪਾਂ ਇਹਨੂੰ ਬਲੈਕਮੇਲ ਕਰਾਂਗੇ ਜਾਂ ਕੁਝ ਹੋਰ ਕਰਾਂਗੇ ਉਹ ਬਥੇਰੇ ਬੰਦੇ ਹੁੰਦੇ ਨੇ ਹੋਟਲਾਂ ਦੇ ਵਿੱਚ ਵੀ ਕਮਰੇ ਕਮਰਿਆਂ ਦੇ ਵਿੱਚ ਵੀ ਲੱਗੇ ਹੁੰਦੇ ਨੇ ਕੈਮਰੇ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਕੱਪੜੇ ਬਦਲਣ ਵਾਲੇ ਜਿਹੜੇ ਰੂਮ ਹੁੰਦੇ ਨੇ ਟਰਾਈ ਰੂਮ ਇਹਨਾਂ 'ਚ ਵੀ ਕੈਮਰੇ ਲਾ ਦਿੰਦਾ ਅਗਲਾ ਸੋ ਗੱਲ ਇਹ ਹੈ ਵੀ ਕੋਈ ਕੋਈ ਨਾ ਕੋਈ ਸ਼ਰਾਰਤੀ ਤਾਂ ਪਿੱਛੇ ਹੁੰਦਾ ਹੀ ਹੈ ਜਿਹਨੂੰ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ 'ਚ ਇਦਾਂ ਇਸ ਤੋਂ ਫਾਇਦਾ ਲਿਆ ਜਾ ਸਕਦਾ ਜਿਹਨੂੰ ਬਲੈਕਮੇਲ ਪੈਸੇ ਲੈ ਜਾ ਸਕਦਾ ਉਹਦਾਂ ਦੇ ਵੀਡੀਓ ਬਣਾ ਕੇ ਰੱਖ ਲੈਂਦੇ ਨੇ ਅੱਗੇ ਉਹਨੂੰ ਆ ਗਿਆ ਸਪਲਾਈ ਕਰ ਦਿੰਦੇ ਨੇ ਫਿਰ ਕਿਤੇ ਨਾ ਕਿਤੇ ਜਾ ਕੇ ਜਿਨੇ ਵੀ ਬਣਾਈ ਜਾਂ ਜਿਨੇ ਜਿੱਦੀ ਬਣੀ ਦੋਨਾਂ ਦੋਨਾਂ ਦੀ ਗੱਲ ਮਤਲਬ ਆਪਣੇ ਨਿੱਜੀ ਹਿੱਤਾਂ ਤੱਕ ਹੋ ਸਕਦੀ ਆ ਠੀਕ ਹੈ ਇਹਦਾ ਨਾ ਪੰਜਾਬ ਨੂੰ ਕੋਈ ਫਾਇਦਾ ਹੋਣਾ ਠੀਕ ਹੈ ਨਾ ਹੀ ਪੰਜਾਬ ਦੇ ਲੋਕਾਂ ਨੂੰ ਕੋਈ ਇਸ ਤਰ੍ਹਾਂ ਦੀ ਸਿਹਤ ਮੰਨਦੇ ਬਹੁਤ ਵੱਡਾ ਫਿਊਚਰ ਬਣ ਜਾਣਾ ਬੱਚਿਆਂ ਦਾ ਉੱਧਰਲੇ ਬਸ ਸਕੂਲਾਂ ਦਾ ਮਾੜਾ ਹਾਲ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਟੀਚਰ ਦੇਖ ਲੋ ਉਹਨਾਂ ਦੇ ਟੈਸਟ ਲੈ ਕੇ ਦੇਖ ਲੋ ਕਿੱਥੇ ਸਟੈਂਡ ਕਰਦੇ ਨੇ ਫੀਸਾਂ ਲੱਖ ਲੱਖ ਰੁਪਏ ਨੇ ਉਧਰਲੇ ਪਾਸੇ ਕੋਈ ਧਿਆਨ ਨਹੀਂ ਹੈਗਾ ਜੀ ਬਿਲਕੁਲ ਸੋ ਪਰਮਿੰਦਰ ਜੀ ਅਗਲੀ ਖਬਰ ਹੈਗੀ ਹੈ ਕਿ ਸਤਿਆਪਾਲ ਮਾਲਿਕ ਜਿਹਨਾਂ ਨੂੰ ਸਤਪਾਲ ਮਾਲਿਕ ਵੀ ਕਹਿੰਦੇ ਆ ਤੇ ਉਹ ਇੱਕ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਏਜੰਸੀ ਜਿਹੜੀ ਹੈਗੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਇੱਕ ਸਾਲ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਉਹ ਗ੍ਰਿਫਤਾਰ ਵੀ ਕਰ ਸਕਦੀਆਂ ਨੇ ਮਾਮਲਾ ਤਾਂ ਤੁਹਾਨੂੰ ਪਤਾ ਕਿ 21 ਹੈ ਮਾਮਲਾ ਹੈਗਾ ਇਹ ਲਿਕਰ ਪਾਲਸੀ ਵਾਲਾ ਜੀ ਬਿਲਕੁਲ ਜਿਹੜਾ ਆ ਪਕਾਇ ਲੋ ਸਿੱਧੇ ਤੌਰ ਤੇ ਵੀ ਸ਼ਰਾਬ ਵੇਚਣ ਦਾ ਜਿਹੜਾ ਸਭ ਤੋਂ ਵੱਡਾ ਇਹਨਾਂ ਕਹਿੰਦੇ ਨੇ ਕਿ ਸਾਡੇ ਕੋਲ ਸੋਰਸ ਸਰਕਾਰਾਂ ਕਹਿੰਦੀਆਂ ਹੀ ਨੇ ਵੀ ਠੇਕੇ ਜਦੋਂ ਠੇਕੇਦੰਦਿਆਂ ਦਾ ਬੋਲੀ ਹੁੰਦੀ ਹੈ ਵੱਧ ਆਮਦਨ ਹੁੰਦੀ ਹੈ ਜੀ ਫਿਰ ਉਹ ਲੁੱਟ ਕੇ ਵੀ ਖਾਂਦੇ ਨੇ ਠੇਕੇ ਵਾਲੇ ਲੋਕਾਂ ਨੂੰ ਲੁੱਟਦੇ ਨੇ ਚਲੋ ਨਾ ਉਹਨਾਂ ਦਾ ਕੋਈ ਰੇਟ ਤਾਂ ਹੁੰਦਾ ਨਾ ਉਹਨਾਂ ਨੇ ਬਿੱਲ ਦੇਣਾ ਹੁੰਦਾ ਠੀਕ ਹੈ ਉਹ ਉਹਦੇ ਵਿੱਚੋਂ ਪੈਸਾ ਕੱਢਣ ਦੀ ਜਿਹੜੀ ਐਕਸਾਈਜ਼ ਪਾਲਿਸੀ ਨਾਂ ਦੇ ਬਣਾਈ ਹੈ ਕੋਈ ਉਸ ਦੇ ਵਿੱਚ ਕਪੜੇ ਦੀ ਗੱਲ ਕਰਦੇ ਐ ਅਰਵਿੰਦ ਕੇਜਰੀਵਾਲ ਦਾ ਟੀਵੀ ਤੇ ਬੈਠ ਫਾਇਟ ਕੇ ਵੀ ਗੱਲ ਕਰ ਚੁੱਕਿਆ ਵੱਡੇ ਵੱਡੇ ਪੱਤਰਕਾਰਾਂ ਨਾਲ ਵੀ ਕਰ ਚੁੱਕਿਆ ਕਿ ਪੁੱਛ ਲਿਆ ਵੀ ਐਕਸਾਈਜ਼ ਪਾਲਿਸੀ ਹੈ ਕੀ ਕਿੰਨੇ ਦਾ ਕਪੜਾ ਕੋ 1000 ਕਰੋੜ ਦਾ ਕਹਿੰਦਾ ਕੋ 10000 ਰੁਪਏ 1 ਲੱਖ ਦਾ ਉਹ ਕਹਿੰਦਾ ਪਤਾ ਹੀ ਨਹੀਂ ਕਿਸੇ ਨੂੰ ਨਾ ਹੋਇਆ ਕੋਈ ਐਦਾਂ ਹੀ ਬਸ ਉਹ ਕਹਿੰਦਾ ਵੀ ਬੀਜੇਪੀ ਪਸਾਉਣਾ ਚਾਹੁੰਦੀ ਹੈ ਚਲੋ ਖੈਰ ਕੋਈ ਉਹ ਜਾਂਚ ਦਾ ਵਿਸ਼ਾ ਇਹ ਲੱਗ ਚੀ ਜ ਹੈ ਉਹ ਜਾਂਚ ਜਿਸੀਂ ਕਰ ਰਹੀਆਂ ਨੇ ਉਸ ਗੱਲਾਂ ਇਹਨਾਂ ਤੋਂ ਕਲੀਅਰ ਵੀ ਨਹੀਂ ਕੀਤੀਆਂ ਗਈਆਂ ਹੈਗੀਆਂ ਜਦੋਂ ਉੱਥੇ ਸੀਬੀਆਈ ਨੇ ਇਹਨਾਂ ਨੂੰ ਪੁੱ अरविंद केजरीवाल ਤੋਂ ਪੁੱਛੀ ਕਿ ਕੀ ਕੀਤੀ ਕਿ ਜਿਹੜੀ ਤੁਸੀਂ ਪਾਲਸੀ ਤੁਸੀਂ ਚੇਂਜ ਕੀਤੀ ਹੈ ਇੱਕ ਸਾਲ ਪਹਿਲਾਂ ਲਿਕਰ ਪਾਲਸੀ ਇਸ ਨੂੰ ਚੇਂਜ ਕਰਨ ਦਾ ਤੁਹਾਡਾ ਮਤਲਬ ਕੀ ਸੀ ਗੱਲ ਤਾਂ ਇਹ ਜਲਦੀ ਹੈ ਕਿ ਕੁਐਸਚਨ ਦਾ ਨਹੀਂ ਪਰਸੈਂਟੇਜ ਵਧਾਈ ਹੈ ਉਹ ਪਰਸੈਂਟੇਜ ਵੀ ਖਜ਼ਾਨੇ ਦੇ ਵਿੱਚ ਨਹੀਂ ਆਉਂਦੀ ਜਿਹੜੀ ਉਹ ਪਰਸੈਂਟੇਜ ਹੈ ਉਹ ਪਰਸੈਂਟੇਜ ਹੈਗੀ ਹੈ ਕਿ ਜਿਹੜੇ ਇਹਦੇ ਨਾਲ ਦੇ ਲੋਕ ਨੇ ਉਹਨਾਂ ਨੂੰ ਮੁਨਾਫਾ ਦੇਣ ਦੇ ਵਿੱਚ ਜਿਵੇਂ ਕਿ ਐਸਆਰ ਦੀ ਬੇਟੀ ਦਾ ਨਾਮ ਚੱਲਦਾ ਤੇ ਲੰਗਨਾਂ ਇਲੈਕਸ਼ਨ ਹੋਈ ਸੀ ਉਹਦਾ ਵਿੱਚ ਜੇ ਕਰਾਂਗਾ ਗੱਲ ਤਾਂ ਕਰੋੜਾਂ ਦੇ ਵਿੱਚ ਹੁੰਦੀ ਹੈ ਜੀ ਮਨਜਿੰਦਰ ਜੀ ਅਜੀਰਾ ਜਿਹੜੀ ਜੀਰਾ ਫੈਕਟਰੀ ਆ ਜੀ ਅgetElementById ਅੰਦਾਜ਼ਾ ਲੱਗਣ ਲਗਾਉਣ ਵਾਲੇ ਦਾ ਇੱਥੋਂ ਲਗਾ ਜੀ ਨੂੰ ਪਤਾ ਲੱਗਣਾ ਇੱਥੋਂ ਲੱਗ ਜਾਂਦਾ ਹੈ ਜੀ ਜੀ ਸਿੰਪਲ ਗੱਲ ਮੈਂ ਸਿੰਪਲ ਗੱਲ ਕਰਦਾ ਇਹਦਾ ਕਾਗਜ਼ੀ ਕਾਰਵਾਨ ਨੇ ਐਕਸਰਸਾਈਜ਼ ਦੇ ਵਿੱਚ ਕੋ ਤੁਸੀਂ ਕਿਸੇ ਨੂੰ ਪਰਸੈਂਟ ਦੇ ਘਟਾ ਦਿਓ ਵਧਾ ਦਿਓ ਇਹ ਤਾਂ ਦਿਖਾਉਣ ਵਾਸਤੇ ਹੁੰਦਾ ਹਨ ਜਿਹੜੀ ਡਾਇਰੈਕਟ ਬਣੀ ਜਾਂਦੀ ਉਹ ਕਿਸੇ ਨੂੰ ਪਤਾ ਹੈ ਪੋਲੀਟਿਸ਼ੀਅਨਾਂ ਤੋਂ ਬਿਨਾਂ ਜਿਹੜੇ ਆ ਰਾਜਨੀਤਿਕ ਆਗੂ ਲੀਡਰ ਨੇ ਸਿਆਸੀ ਇਹਨਾਂ ਤੋਂ ਬਿਨਾਂ ਕਿਸੇ ਨੂੰ ਪਤਾ ਔਰ ਇਹਨਾਂ ਨੂੰ ਸਭ ਨੂੰ ਪਤਾ ਹੈ ਕਿਸੇ ਵੀ ਪਾਰਟੀ ਦਾ ਬੰਦਾ ਕੋਈ ਕਹਿ ਨਹੀਂ ਸਕਦਾ ਕਿ ਜਿਹੜਾ ਲਿਕਰ ਤੁਸੀਂ ਕਹਿ ਲੋ ਫੀਲਡ ਕਹਿ ਲੋ ਉਹਨੂੰ ਖੇਤਰ ਕਹਿ ਲੋ ਜਾਂ bizness ਕਹਿ ਲੋ ਇਹਦੇ ਵਿੱਚੋਂ ਜਿਹੜਾ ਪੈਸਾ ਆਉਂਦਾ ਕਿਵੇਂ ਆਉਂਦਾ ਕਿਹਨੂੰ ਨਹੀਂ ਪਤਾ ਪੋਲੀਟੀਸ਼ੀਅਨ ਨੂੰ ਸਭ ਨੂੰ ਪਤਾ ਹੈ ਉਹ ਡਾਇਰੈਕਟਰ ਨਹੀਂ ਲੈਂਦੇ ਇਨਡਾਇਰੈਕਟ ਵੇ ਨਾਲ ਕਰਦੇ ਨੇ ਇਹ ਤਾਂ ਜਿਹੜੀ ਜਾਂਚਾਂ ਹੁੰਦੀਆਂ ਨੇ ਤਾਂ ਜੋ ਕਾਗਜ਼ਾਂ 'ਚ ਲਿਖਿਆ ਹੁੰਦਾ ਉਹਨਾਂ ਤੇ ਹੁੰਦੀਆਂ ਨੇ ਉਹ ਕੀ ਹੋਇਆ ਕੀ ਨਹੀਂ ਹੋਇਆ ਤਾਂ ਹੀ ਤਾਂ ਇਹ ਡਰਦੇ ਨਹੀਂ ਉਹ ਚਾਹੇ ਕਾਲੀ ਨੇ ਕਾਂਗਰਸੀ ਨੇ ਭਾਜਪਾ ਆਇਆ ਚਾਹੇ ਕੇਜਰੀਵਾਲਾ ਜਾ ਕੇ ਹੋਰ ਪਾਰਟੀਏ ਕੋਈ ਵੀ ਪਾਰਟੀਏ ਜਿਹੜੀ ਸੱਤਾ ਦੇ ਵਿੱਚ ਕਿਤੇ ਬੈਠੀ ਹੈ ਉਹ ਕਿਸੇ ਵੀ ਸਟੇਟ ਦੇ ਵਿੱਚ ਕਹਿ ਲਓ ਜਾਂ ਸੈਂਟਰ ਦੇ ਵਿੱਚ ਕਹਿ ਲਓ ਕਿਤੇ ਉਹਨਾਂ ਨੂੰ ਸਭ ਪਤਾ ਹੁੰਦਾ ਵੀ ਕਿਵੇਂ ਪੈਸਾ ਆਉਂਦਾ ਹੈ ਆਉਂਦਾ ਹੈਗਾ ਇਸ ਤੋਂ ਮੁਨਕਰ ਨਹੀਂ ਹੈਗੇ ਕੋਈ ਪਾਰਟੀ ਮੁਨਕਰ ਹੋਈ ਨਹੀਂ ਸਕਦੀ ਉਹਨੂੰ ਸੱਤਾਪਾਲ ਮਾਲਿਕ ਦਾ ਵੱਡਾ ਬਿਆਨ ਆ ਕਿ ਕੇਜਰੀਵਾਲ ਗ੍ਰਿਫਤਾਰ ਹੋ ਸਕਦਾ ਹੈ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਉਹਨੂੰ ਆਨਲਾਈਨ ਸਮੇਂ ਦੇ ਵਿੱਚ 2024 ਤੋਂ ਪਹਿਲਾਂ ਪਹਿਲਾਂ ਇਸੇ ਮਾਮਲੇ ਦੇ ਵਿੱਚ ਕੀਤੀ ਜਾ ਸਕਦੀ ਹੈ ਰਾਗਵਟਾ ਡੱਡਾ ਕੇ ਰਲੇ ਆ ਬਾਕੀ ਹੋਰ ਜਿਵੇਂ ਜ਼ਿਕਰ ਕਰੇ ਰਹੇ ਸੀ ਕਿ ਕਿ ਮੀਟਿੰਗ ਹੁੰਦੀ ਹੈ ਸੋਸ਼ੋਧੀਆਂ ਦੇ ਘਰੇ ਹੁੰਦੀ ਹੈ ਜਾਂ ਉਹ ਅਰਵਿੰਦ ਜਿਹੜਾ ਪੀ ਹੈਗਾ ਉਹ 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 ਨਾਂ ਲੈ ਦਿੰਦਨ ਦਾ ਰਾਗਵਟਾ ਡੱਡਾ ਦੀ ਗੱਲ ਕਰਦਾ ਹੈ ਉਹ ਇਹ ਸਾਰੇ ਜਿਹੜੇ ਹੈਗੇ ਖਿੱਚੇ ਤੇ ਆ ਰਹੇ ਹਨ ਇਸ ਜਾਂਚ ਦੇ ਵਿੱਚ ਚਾਹੇ ਉਹ ਚਾਲ ਹੈ ਸਾਜ਼ਿਸ਼ ਹੈ ਚਾਹੇ ਕੁਝ ਹੈ ਲੇਕਿਨ ਉਸ ਵਿੱਚੋਂ ਕੁਝ ਨਾ ਕੁਝ ਤਾਂ ਨਿਕਲਣੀ ਹੈ ਜੇ ਕੁਝ ਨਹੀਂ ਨਿਕਲਦਾ ਤਾਂ ਇਹ ਪਾਰਟੀ ਵੈਸੇ ਹੀ ਹੀਰੋ ਬਣ ਜਾਣੀ ਹੈ ਪਰ ਕਿਉਂਕਿ ਪਤਾ ਹੁੰਦਾ ਸਾਰਿਆਂ ਨੂੰ ਕਿ ਪੈਸੇ ਦਾ ਆਏ ਹੈ ਪਤਾ ਉਹਨਾਂ ਨੂੰ ਵੀ ਹੈਗਾ ਇਹ ਜਾਂਚ ਕਰ ਰਹੇ ਹੈ ਪਤਾ ਇਹਨਾਂ ਨੂੰ ਜਿਨ੍ਹਾਂ ਨੇ ਲਏ ਹੁੰਦਾ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਸੋ ਇਸ ਕਰਕੇ ਉਹਨਾਂ ਨੂੰ ਪਤਾ ਕਿਤੇ ਨਾ ਕਿਤੇ ਤਾਂ ਆੜਨ ਗਈ ਇਸ ਕਰਕੇ ਕਾਰਵਾਈ ਜਿੰਨੇ ਵੱਧ ਹੁੰਦੇ ਅਗਲਾ ਘੇਰਨ ਦਾ ਕੋਸ਼ਿਸ਼ ਕਰਦਾ ਘੇਰਨ ਦੀ ਕਿਉਂਕਿ ਉਹਨਾਂ ਨੂੰ ਡਾਇਰੈਕਟ ਨਹੀਂ ਇੰਡਾਇਰੈਕਟ ਵੇ ਨਾਲ ਪਤਾ ਹੁੰਦਾ ਆਏ ਉਹ ਜਿਹੜੇ ਕਾਗਜ਼ਾਂ ਦੇ ਵਿੱਚੋਂ ਤਾਂ ਕੋਈ ਖਾਸ ਨਹੀਂ ਹੁੰਦਾ ਹੁੰਦਾ ਕਾਗਜ਼ ਤਾਂ ਕੀ ਨੇ ਦਿਖਾਉਣਾ ਹੁੰਦਾ ਕੀ ਹੋਣਾ ਇਹ ਆਪਾਂ ਆਮ ਲੋਕਾਂ ਲਈ ਇਹ ਵੱਡੀ ਗੱਲ ਕਰਕੇ ਸ਼ੋਅ ਕਰ ਦਿੰਦੇ ਕਿ ਬਹੁਤ ਵੱਡਾ ਕਾਪੜਾ ਹੋ ਗਿਆ ਜੀ ਉਹ ਯਰ ਕਾਪੜਾ ਕਰਨ ਵਾਲੇ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਕਰ ਕੀ ਰਿਹਾ ਹਾਂ ਇਹ ਕੱਲ ਨੂੰ ਫਸਿਆ ਜਾਊਂ ਫਸ ਜਾਊਂਗਾ ਕਿ ਉਹਨਾਂ ਦੇ ਉਹਨਾਂ ਦੇ ਦਿਮਾਗ ਨਹੀਂ ਹੁੰਦਾ ਉਹਨਾਂ ਦੇ ਇਹ ਸੋਚਣ ਵਾਲੀ ਗੱਲ ਹੈ ਉਹ ਇੰਨਾ ਵੱਡਾ ਕਰਕੇ ਥੋੜੀ ਕਾਗਜ਼ 'ਚ ਰੱਖ ਦੇਣਗੇ ਵੀ ਆਹ ਚੀਜ਼ਾਂ ਐ ਕਰ ਦੋ ਜੀ ਇਹ ਇਹ ਉਹ ਚੀਜ਼ਾਂ ਹੁੰਦੀਆਂ ਨੇ ਜਿਹੜਾ ਪਤਾ ਹੁੰਦਾ ਵੀ ਇਹਨੇ ਕਰ ਲਿਆ ਆ ਗਿਆ ਕਿਸੇ ਪਾਸੇ ਜੜਿੱਕੇ ਆ ਗਿਆ ਬਸ ਗੱਲ ਤਾਂ ਇਹ ਹੁੰਦੀ ਹੈ ਕਿ ਇਹ ਕਾਗਜ਼ਾ ਕੋਈ ਕਾਗਜ਼ 'ਚ ਕੁਝ ਨਹੀਂ ਹੁੰਦਾ ਉਹਨਾਂ ਕੋਲ ਵੀ ਬੰਦੇ ਬੈਠੇ ਨਹੀਂ ਉਹਨਾਂ ਕੋਲ ਵਕੀਲਾਂ ਦੀਆਂ ਧਾੜਾਂ ਫਰਦੀਆਂ ਨਹੀਂ ਸਾਹਮਣੇ ਦੱਸਣ ਨੂੰ ਹੁੰਦੇ ਨੇ ਉਹਨਾਂ ਕੋਲ ਪਾਲਸੀ ਬਣਾਉਣ ਵਾਲੇ ਬੈਠਦੇ ਨੇ ਪਹਿਲਾਂ ਜਿੱਦੀ ਸਰਕਾਰ ਹੁੰਦੀ ਹੈ ਕਿ ਉਹਦੇ ਕੋਲ ਉਹਦੇ ਕੋਲ ਪਾਲਿਸੀ ਬਣਾਉਣ ਵਾਲੇ ਨਹੀਂ ਬੈਠੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਆਹ 10 ਸਾਲਾਂ ਦਾ ਆ ਵੀ ਹੋ ਜਾਂਦਾ ਪ੍ਰਮਿੰਦਰ ਜੀ ਖਬਰ ਦੇ ਵਿੱਚ ਕਲੀਅਰ ਹੈ ਕਿ ਪੰਜਾਬ ਦੇ ਜਿਹੜੇ ਐਕਸਾਈਜ਼ ਕਮਿਸ਼ਨਰ ਦੀ ਮੀਟਿੰਗ ਦੇ ਵਿੱਚ ਸ਼ਾਮਲ ਸੀ ਹਾਂ ਬਿਲਕੁਲ ਮੈਂ ਉਹੀ ਗੱਲ ਕਰਦਾ ਹੈ ਮਤਲਬ ਕੀ ਹੈ ਆਪਾਂ ਤਾਂ ਇਹ ਗੱਲ ਲੋਕਾਂ ਨੂੰ ਇਹ ਸਮਝਾਉਣ ਦਾ ਕੋਸ਼ਿਸ਼ ਕਰਦੇ ਆ ਕਿ ਭਾਈ ਇਹ ਤੁਹਾਡੇ ਵਾਸਤੇ ਹੁੰਦਾ ਹੈ ਇਹ ਖਬਰਾਂ ਦੇ ਬਿਆਨ ਟੀਵੀ ਦੇ ਵਿੱਚ ਖਬਰਾਂ ਸਾਰਾ ਕੁਝ ਪਤਾ ਹੁੰਦਾ ਹੈ ਪਾਲਿਸੀ ਬਣਾਉਣ ਵੇਲੇ ਸਭ ਪਤਾ ਹੁੰਦਾ ਹੈ ਇਹ ਪਤਾ ਹੁੰਦਾ ਜੇ ਸਰਕਾਰ ਨਹੀਂ ਤਾਂ ਇਹ ਦਾ ਕੀ ਬਣੂ ਜੇ ਇਹ ਕੇਸ ਉੱਥੇ ਚੱਲਿਆ ਗਿਆ ਤਾਂ ਕੀ ਹੋਊ ਠੀਕ ਹੈ ਜੇ ਕੇਸ ਉਥੋਂ ਰੱਦ ਹੁੰਦਾ ਤਾਂ ਕੀ ਹੋ ਸੁਪਰੀਮ ਕੋਰਟ ਤੱਕ ਜਾਂਦਾ ਤਾਂ ਕੀ ਹੋ ਸਭ ਕੁਝ ਪਹਿਲਾਂ ਫਾਈਨਲ ਹੋ ਜਾਂਦਾ ਫਿਰ ਇਹਨਾਂ ਨੂੰ ਪਤਾ ਲੱਗਦਾ ਕਿ ਨਿਕਲਣਾ ਪੜਦਾ ਕੁਝ ਨਹੀਂ ਥੋੜੀ ਜਿਹੀ ਹਰਾਸਮੈਂਟ ਹੈਗੀ ਆ ਚੱਲਣ ਤੋਂ ਪ੍ਰੀਸਾ ਪਾ ਲੈਣ ਨੂੰ ਕੀ ਬੰਦ ਕਰਦੇ ਆ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਿਤੇ ਨਾ ਕਿਤੇ ਠਿੱਬੀ ਲਾਉਣ ਦੇ ਬਾਰੇ ਵੀ ਜਿਵੇਂ ਆਪਾਂ ਡਿਸਕਸ ਕਰ ਰਹੇ ਸੀ ਹੁਣ ਵੋਟਾਂ ਦੇ ਵਿੱਚ ਫਾਇਦਾ ਲੈਣ ਦੇ ਲਈ ਭਾਜਪਾ ਅਰੈਸਟ ਵੀ ਕਰ ਸਕਦੀ ਆ ਵੋਟਪੰਡ ਵੀ ਵੋਟ ਵੀ ਵੰਡਣੀ ਆ ਜਿਹੜੀ ਜਦਾਂ ਗੱਲ ਕਰਦੇ ਸੀ ਕਿ ਵੋਟ ਵੰਡਣੀ ਆ ਉਕੜਿਆਂ ਦੇ ਵਿੱਚ ਵੰਡਣੀ ਪਊਗੀ ਜੇ ਇੱਕ ਜਿੱਥੇ ਜਿਵੇਂ ਰੀਜਨਲ ਪਾਰਟੀਆਂ ਰੱਖੀਆਂ ਹੁੰਦੀਆਂ ਜਾ ਰਹੀਆਂ ਔਰ ਕਾਂਗਰਸ ਦਾ ਕਿਤੇ ਜੇ ਇਹਨਾਂ ਨਾਲ ਹੱਥ ਮਿਲ ਜਾਂਦਾ ਤਾਂ ਭਾਜਪਾ ਦੇ ਲਈ ਵੱਡਾ ਪੰਗਾ ਖੜਾ ਹੋ ਸਕਦਾ ਹੈ ਜਿਹੜੀ ਉਹ ਆਸਾਨੀ ਨਾਲ ਜਿੱਤ ਹਾਸਲ ਕਰ ਸਕਦੀ ਸੀ ਉਹ ਕਿਤੇ ਨਾ ਕਿਤੇ ਜੋਰ ਲਾਣਾ ਪੈ ਜੂਗਾ ਗੱਲ ਇਹ ਇਹ ਆ ਜਾਂਦੀ ਹੈ ਫਿਰ ਉਹ ਕੀ ਕਰਦੇ ਆ ਕਿ ਇਸ ਤਰ੍ਹਾਂ ਦੇ ਥੋੜੇ ਥੋੜੇ ਬੰਦੇ ਖੜੇ ਕਰਕੇ ਵੋਟ ਪਾਣ ਦੇਖੋ ਨੂੰ ਕਾਂਗਰਸ ਜੇ ਕਮਜ਼ੋਰ ਕਰਨੀ ਹੈ ਤਾਂ ਕੇਦਰੀਵਾਲ ਨੂੰ ਥੋੜਾ ਜਿਹਾ ਹਮਨਰਦੀ ਵਾਲੀ ਵੋਟ ਵੀ ਪਵਾ ਸਕਦੇ ਆ ਉਹ ਗੇ ਇੱਧਰ ਦੇ ਪਾਸੇ ਨੂੰ 10 15% ਜਾਂ 1 2% 4% ਜਿੰਨੀ ਕਬੂੜ ਇੱਧਰੋਂ ਕਾਂਗਰਸ ਦੀ ਟੁੱਟਦੀ ਐ ਇੱਧਰੋਂ ਇਹਨੂੰ ਪਵਾ ਦੋ ਸੋ ਕਹਿਣ ਦਾ ਭਾਵ ਕੁਝ ਵੀ ਕਰ ਸਕਦੇ ਆ ਭਾਜਪਾ ਸੱਤਾ 'ਚ ਬਣੇ ਰਹੇ ਭਾਜਪਾ ਨਹੀਂ ਕੋਈ ਵੀ ਪਾਰਟੀ ਸੱਤਾ 'ਚ ਬਣੇ ਰਹਿਣ ਲਈ ਇਸ ਤਰ੍ਹਾਂ ਦੀਆਂ ਖੇਡਾਂ ਖੇਡ ਦਿੰਦੇ ਆ ਹੋ ਸਕਦਾ ਨਾਲੇ ਇਹਨਾਂ ਦੇ ਵਿੱਚ ਇਹਨਾਂ ਜਿਹੜੇ ਵੱਡੇ ਆਗੂ ਨੇ ਸਿਰੇ ਦੇ ਟੌਪ ਦੇ ਆਮ ਆਦੀ ਪਾਰਟੀ ਤੇ ਉਹਨਾਂ ਤੇ ਕੋਈ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ ਅੰਦਰ ਵੀ ਕੀਤਾ ਜਾ ਸਕਦਾ ਹੈ ਜੀ ਜੀ ਸੋ ਪਰਮਿੰਦਰ ਜੀ ਬਲਵੰਤ ਸਿੰਘ ਰਾਜਵਾਨ ਤੇ ਲੰਬੇ ਸਮੇਂ ਤੋਂ ਉਹ ਜੇਲ੍ਹ ਦੇ ਵਿੱਚ ਹੀ ਬੰਦ ਨੇ ਸ਼ਾਇਦ ਸੱਤ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਸੀ ਸੀਬੀਆਈ ਦੇ ਕੋਰਟ ਨੇ ਫਾਂਸੀ ਦੀ ਇਹ ਹੈ ਸੀ ਉਹ ਸਜ਼ਾ ਸੁਣਾਈ ਸੀ ਉਸ ਤੋਂ ਬਾਅਦ ਹਾਈ ਕੋਰਟ ਨੇ ਬਰਕਰਾਰ ਰੱਖਿਆ ਸੀ ਸੁਪਰੀਮ ਕੋਰਟ ਕੇਸ ਲੈ ਗਿਆ ਸੀ ਤੇ ਇਸ ਸੁਪਰੀਮ ਕੋਰਟ ਕਈ ਸੁਣਵਾਈਆਂ ਹੋਈਆਂ ਇਸ ਕੇਸ ਦੀਆਂ ਤੇ ਸੁਪਰੀਮ ਕੋਰਟ ਨੇ ਹੁਣ ਕਿਹਾ ਕਿ ਕੇਂਦਰ ਜਲਦ ਫੈਸਲਾ ਲਵੇ ਯਾਨੀ ਕਿ ਪਿਛਲੇ ਫੈਸਲੇ ਨੂੰ ਬਰਕਰਾਰ ਰੱਖ ਲਿਆ ਕਿ ਸੁਪਰੀਮ ਕੋਰਟ ਨੇ ਤੇ ਕੇਂਦਰ ਜਲਦ ਫੈਸਲਾ ਕਰੇ ਦੇਤੇ ਬਿਲਕੁਲ ਕੋਰਟ ਦੇ ਕੋਰਟ ਦਾ ਜਿਹੜਾ ਡਿਸੀਜਨ ਹੈਗਾ ਦੇਖੋ 25-27 ਸਾਲ ਹੋ ਗਏ ਜੇਲ੍ਹ ਦੇ ਵਿੱਚ ਆ ਬੰਦਾ ਬੈਠਾ ਆਪਣੀ ਸਜਾਦ ਉਡੀਕ ਕਰ ਰਿਹਾ ਹੈਗੇ ਕੰਨੇ ਲਾਓ ਰਾਸ਼ਟਰਪਤੀ ਕੋਲ ਅਪੀਲ ਚਲੀ ਗਈ ਸਾਈਨ ਵੀ ਹੋ ਲਏ ਬਥੇਰਾ ਕੁਛ ਅਕਾਲੀ ਦਲ ਨੇ ਵੀ ਕਹਿੰਦੇ ਸੀ ਵੀ ਬੜਾ ਜ਼ੋਰ ਲਾਇਆ ਜੀ ਚਲੋ ਖੈਰ ਜਿੰਨਾ ਲਾਇਆ ਠੀਕ ਹੈ ਹੁਣ ਸੁਪਰੀਮ ਕੋਰਟ ਜਿਹੜੀ ਮਾਨਜੋਗ ਅਦਾਲਤ ਸਰਵ ਉੱਚ ਅਦਾਲਤ ਉਹਨੇ ਕਹਿਤਾ ਕਿ ਕੇਂਦਰ ਫੈਸਲਾ ਲਵੇ ਜਲਦ ਤੋਂ ਜਲਦ ਲਵੇ ਹੁਣ ਇਹ ਇਹ ਹੁਣ ਜਿਹੜਾ ਕੇਂਦਰ ਫੈਸਲਾ ਲਵੇ ਵਿੱਚ ਕੇਂਦਰ ਦੇਖੋ ਕਿੰਨਾ ਫਾਇਦਾ ਲੈ ਸਕਦੀ ਇਸ 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 ਬਿਆਨ ਤੋਂ ਜਾਂ ਇਸ ਫੈਸਲੇ ਤੋਂ ਇਕੇਂਦਰ ਨੇ ਦੇਖਣਾ ਹੈ 2024 ਦੇ ਵਿੱਚ ਤੁਹਾਨੂੰ ਪਤਾ ਹੈ ਜਿਵੇਂ ਹੁਣ ਧੜਾ ਧੜ ਧਾੜਾਂ ਦੀਆਂ ਧੜਾਂ ਭਾਜਪਾਲੇ ਪਾਸੇ ਨੂੰ ਤੁਰੀਆਂ ਜਾ ਰਹੀਆਂ ਨੇ ਚਾਹੇ ਕਾਂਗਰਸ ਚਾਹੇ ਅਕਾਲੀ ਦਲ ਦੇ ਨੇ ਅੱਜ ਟਵਾਲ ਨੇ ਵੀ ਚਰਨਜੀਤ ਟਵਾਲ ਨੇ ਵੀ ਜੁਆਇਨ ਕੀਤਾ ਹੈ ਭਾਜਪਾ ਨੂੰ ਕਰ ਲਿਆ ਤਾਂ ਭਾਜਪਾ ਵੀ ਕਦੋਂ ਚਾਹੂਗੀ ਕਿ ਇਸ ਤਰ੍ਹਾਂ ਦੇ ਜਿਹੜੇ ਭਾਵਨਾਤਮਕ ਤੌਰ ਤੇ ਪੰਜਾਬ ਦੇ ਲੋਕਾਂ ਨਾਲ ਜੁੜੇ ਹੋਏ ਫੈਸਲੇ ਨੇ ਉਹਨਾਂ ਨੂੰ ਉਹਨਾਂ ਦਾ ਫਾਇਦਾ ਨਾ ਲਿਆ ਜਾਵੇ ਉਹ ਕਦੋਂ ਚੋਂ ਰਾਸ਼ਟਰਪਤੀ ਕੋਲ ਅਪੀਲ ਪਈ ਹੈ ਸਾਰੀਆਂ ਪਾਰਟੀਆਂ ਜਾਣਦੀਆਂ ਵੀ ਨੇ ਕੋਈ ਪਾਰਟੀ ਡਿਨਾਈ ਨਹੀਂ ਕਰ ਸਕਦੀ ਇਸ ਗੱਲ ਨੂੰ ਹੋ ਸਕਦਾ ਭਾਜਪਾ ਕੋਈ ਫਾਇਦਾ ਲੈਣ ਦੇ ਲਈ 2024 ਦੇ ਵਿੱਚ ਰਾਸ਼ਟਰਪਤੀ ਜਿਵੇਂ ਕਿਹਾ ਜਾ ਰਿਹਾ ਹੈ ਜਿਵੇਂ ਬਿਆਨ ਆਂਦੇ ਨੇ ਸਤਪਾਲ ਮਲਿਕ ਹੋਰਾਂ ਦਾ ਵੀ ਬਿਆਨ ਹੈ ਉਹ ਕਹਿੰਦੇ ਵੀ ਦੇਸ਼ ਦੀ ਸਰਵੋੱਚ ਪਾਵਰ ਹੈ ਕਿ ਜਿਹੜੀ ਰਾਸ਼ਟਰਪਤੀ ਹੁੰਦੇ ਨੇ ਜਿਹੜੇ ਉਹ ਉਹ ਵੀ ਕਹਿੰਦੇ ਜੀ ਸਾਡੇ ਪ੍ਰਾਈਮ ਮਿਨਿਸਟਰ ਤੈਅ ਕਰਦੇ ਨੇ ਕਿਹਨੂੰ ਮਿਲਣਾ ਕਿਹਨੂੰ ਜੇ ਇੰਨੇ ਕੁ ਸਾਝ ਹੈਗੀ ਆ ਦੋਵੇਂ ਅਹੁਦਿਆਂ ਦੀ ਆਪਸ ਵਿੱਚ ਤਾਂ ਰਾਸ਼ਟਰਪਤੀ ਤੋਂ ਮਾਫੀ ਵੀ ਹੋ ਸਕਦੀ ਹੈ ਤਾਂ ਕਿਦਰ ਭਾਜਪਾ ਦੇ ਵਿੱਚ ਪੰਜਾਬ ਭਾਜਪਾ ਨੂੰ ਫਾਇਦਾ ਹੋਵੇ ਲੋਕਾਂ ਨੂੰ ਜੋੜਿਆ ਜਾ ਸਕੇ ਤੇ ਜੇ 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 ਉਹਨਾਂ ਨੂੰ ਲੱਗਿਆ ਕਿ ਏਦਾਂ ਦਾ ਕੋਈ ਫੈਸਲਾ ਲਿਆ ਜਾਵੇ ਸਖਤ ਫੈਸਲਾ ਰਾਜੂਆਣਾ ਸੰਬੰਧੀ ਜਿਸ ਦੇ ਨਾਲ ਹਿੰਦੂ ਭਾਈਚਾਰਾ ਜਾਦਾ ਖੁਸ਼ ਹੋ ਜਾਦਾ ਬੋਟ ਉਧਰੋਂ ਕਨਵਰਟ ਹੋ ਸਕਦੀ ਹੈ ਤਾਂ ਕੋਈ ਸਖਤ ਕشن ਦਾ ਵੀ ਉਦਾਂ ਦਾ ਵੀ ਫੈਸਲਾ ਲੈ ਜਾ ਸਕਦਾ ਕੋਈ ਪਰ ਫੈਸਲਾ ਹੀ ਲਿਆ ਜਾ ਸਕਦਾ ਇਹਦੇ ਵਿੱਚ ਇਹਦੇ ਵਿੱਚ ਕੋਈ ਮਨ ਲੱਗਦਾ ਨਹੀਂ ਕੋਈ ਬਹੁਤ ਵੱਡਾ ਅੰਜਾਮ ਦੋਨਾਂ ਫਰਚਲਾਂ ਦੇ ਵਿੱਚ ਹੋਊਗਾ ਕੋਈ ਤੈਅ ਹੋਊਗਾ ਕਿ ਅੰਜਾਮ ਛੇਤੀ ਤੋਂ ਛੇਤੀ ਦੇ ਦਿਆ ਜਾਵੇ ਇਦਾਂ ਦਾ ਸ਼ਾਇਦ ਹੀ ਲੱਗਦਾ ਹਾਂ ਮੁਆਫੀ ਵਾਲਾ ਗੱਲ ਜਿਆਦਾ ਭਾਰੀ ਲੱਗਦੀ ਹੈ ਕਿ ਸਜ਼ਾ ਮੁਆਫੀ ਕਰਕੇ ਕਿਤੇ ਨਾ ਕਿਤੇ ਹਮਦਰਦੀ ਜਿਹੜੀ ਹੈਗੀ ਉਹ ਲੈ ਲਈ ਜਾਵੇ ਭਾਜ ਭਾਣੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੱਲ ਧਾਮੀ ਨੇ ਸਟੇਜ ਤੋਂ ਅਨਾਉਂਸ ਕੀਤਾ ਬਾਦਲ ਸਾਹਿਬ ਦੇ ਭੋਗ ਤੋਂ ਅੰਮ੍ਰਿਤ ਸ਼ਾਹ ਨੂੰ ਕਿ ਬੰਦੀ ਸਿੰਘਾਂ ਰਿਹਾ ਕਰੇ ਜਾਣ ਤੇ ਉਸ 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 ਸਿਲਸਿਲੇ ਦੇ ਵਿੱਚ ਕੋਈ ਇਦਾਂ ਦੀ ਕਾਰਵਾਈ ਹੋ ਜੇ ਤੇ ਭਾਜਪਾ ਫਾਇਦਾ ਲੈਣ ਦੀ ਰੌਂਚ ਤਾਂ ਹੋਏਗੀ 2024 ਦੇ ਵਿੱਚ ਜੀ ਸੋ ਰੈਸਟਰ ਬੈਠੇ ਨੇ ਜੰਤਰ ਮੰਤਰ ਤੇ ਪਰਮਿੰਦਰ ਜੀ ਬੀਤੇ ਦਿਨ ਉਹ ਉਥੋਂ ਪੁਲਿਸ ਵੱਲੋਂ ਕੋਟੇ ਵੀ ਗਏ ਨੇ ਤੇ ਕਈ ਜਿਹੜੀ ਜਨਤਕ ਜਥੇਬੰਦੀਆਂ ਨੇ ਉਹ ਸਪੋਰਟ ਦੇ ਵਿੱਚ ਵੀ ਆਈਆਂ ਨੇ ਜਿਹੜੀ ਵੱਡੀਆਂ ਮਾਸ ਲੈਵਲ ਦੇ ਜਥੇਬੰਦੀਆਂ ਨੇ ਜਿਵੇਂ ਜੋਗਿੰਦਰ ਸਿੰਘ ਗੁਰਾਂ ਦੇ ਜਥੇਬੰਦੀ ਗੁਰਾਂ ਜਥੇਬੰਦੀ ਇਹਨਾਂ ਨੇ ਵੀ ਕਿਹਾ ਕਿ ਅਸੀਂ ਵੀ 7 ਤਰੀਕ ਨੂੰ ਵੱਡੇ ਪੱਧਰ ਉਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰਤਾਂ ਲੈ ਕੇ ਉੱਥੇ ਸ਼ਮੂਲੀਤ ਕਰਾਂਗੇ। ਨ ਕੋਈ ਦੇ ਚ ਸਪਸ਼ਟ ਜੀ ਗੱਲ ਹੈ ਇੱਕ ਪਾਸੇ ਦੇਸ਼ ਦੇ ਲਈ ਲੜਨ ਵਾਲੇ ਦੇਸ਼ ਦੇ ਲਈ ਅ ਜੂਝਣ ਵਾਲੇ ਕਹਿ ਸਕਦੇ ਆਪਾਂ ਕਿਉਂਕਿ ਸਾਰੇ ਸਾਰੀ ਉਮਰ ਦੀ ਮਿਹਨਤਾਂ ਹੁੰਦੀਆਂ ਨੇ ਦੇਸ਼ ਦਾ ਨਾਮ ਰੌਸ਼ਨ ਹੁੰਦਾ ਹੈ ਇਹਨਾਂ ਬੰਦਿਆਂ ਨਾਲ ਜਦੋਂ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਨੇ ਇੱਕਾ ਚਾਹੇ 10 ਨੇ ਚਾਹੇ 100 ਨੇ ਜਿਹੜੇ ਵੀ ਖਟਾਰੀ ਹੁੰਦੇ ਨੇ ਮਾਣ ਹੁੰਦੇ ਨੇ ਇਹ ਦੇਸ਼ ਦਾ ਤੇ ਇੱਕ ਪਾਸੇ ਤਾਂ ਉਹ ਬੈਠੇ ਨੇ ਤੇ ਇੱਕ ਪਾਸੇ ਇੱਕ ਇੱਕ ਬੰਦਾ ਇਸ ਤਰ੍ਹਾਂ ਦਾ ਜਿਹੜਾ ਜਿਹਦਾ ਜਿਹਦਾ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਦੀ ਜਿੱਦਾਂ ਦੀ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਉਹਨਾਂ ਦਾ ਬੈਕਗ੍ਰਾਉਂਡ ਜੀ ਕ੍ਰਿਮੀਨਲ ਹੈਗਾ ਵ੍ਰਿਜਪੂਸ਼ਨ ਹੋਰਾਂ ਦਾ ਤੇ ਉਹਦੇ ਤੇ ਕਾਰਵਾਈ ਕਰਨਾ ਕਿੱਡੀ ਕਬੜੀ ਗੱਲ ਆ ਜੇ ਹਰਿਆਣੇ ਦੀ ਗੱਲ ਕਰਦੇ ਆ ਸੰਦੀਪ ਸਿੰਘ ਹੋਰਾਂ ਨੇ ਜੇ ਦੀ ਰਜਾਇਨ ਕਰਤਾ ਸੀ ਅਲੀਗੇਸ਼ਨ ਆਇਆ ਨਾਲੇ ਰਜਾਇਨ ਕਰਤਾ ਸੀਗਾ ਉਹ ਖੇਡ ਮੰਤਰੀ ਦੇ ਅਹੁਦੇ ਤੋਂ ਤੇ ਇਹ ਤਾਂ ਕਿਤੇ ਛੋਟਾ ਉਹਦਾ ਲੱਗਦਾ ਮੰਤਰੀ ਦੀ ਹیثیت ਦੇ ਵਿੱਚ ਤੇ ਰਜਾਇਨ ਕਰਨਾ ਕਿੱਡੀ ਕੁ ਵੱਡੀ ਗੱਲ ਹੈ ਜਰ ਰਜਾਇਨ ਲੈਣਾ ਕਿੱਡੀ ਕੁ ਵੱਡੀ ਗੱਲ ਪਰ ਪਾਵਰ ਦਿਖਾ ਰਿਆ ਬੰਦਾ ਆਪਦੀ ਕਿ ਮੈਂ ਪਾਵਰਫੁਲ ਹਾਂ ਕਿੱਡਾ ਕੁ ਪਾਵਰਫੁਲ ਹੋਊਗਾ ਬੰਦਾ ਜਿਹੜਾ ਇੱਕ ਪਾਸੇ ਮਤਲਬ ਪੂਰੇ ਦੇਸ਼ 'ਚ ਹਲਚਲ ਆ ਤੁਸੀਂ ਦੇਖ ਸਕਦੇ ਹੋਣ ਜਿਹੜੀ ਕੁੱਟਕਟਾਪਾ ਹੋ ਗਿਆ ਉਹਨਾਂ ਦਾ ਵਿਚਾਰਿਆਂ ਦਾ ਉਹਨਾਂ ਨੂੰ ਕੁੱਟਤਾ ਤੇ ਉਹ ਸੁਪਰੀਮ ਕੋਰਟ ਨੇ ਵੀ ਸੁਣਵਾਈ ਬੰਦ ਕਰਤੀ ਉਹ ਕਹਿੰਦੇ ਕਿ ਐਫ ਆਈ ਆਰ ਹੋ ਗਈ ਸਿਕਿਉਰਟੀ ਮਿਲ ਗਈ ਹੁਣ ਹਾਈ ਕੋਰਟ ਜਾਂ ਥਲਲੀ ਚ ਅਦਾਲਤ ਚ ਜਾਓ ਠੀਕ ਹੈ ਉੱਥੇ ਉੱਥੇ ਜਾਣ ਨੂੰ ਹੁਕਮ ਹੋ ਗਿਆ ਤੇ ਉੱਪਰੋਂ ਉਹ ਕਹਿੰਦੇ ਅਸਤੀਫਾ ਦੇਵੇ ਅਰੈਸਟ ਕਰੋ ਤੇ ਅਸੀਂ ਉੱਠ ਜੰਨੇ ਆ ਉਹ ਕਹਿੰਦਾ ਤੁਸੀਂ ਉਠੋ ਮੈਂ ਫੇਰ ਅਸਤੀਫਾ ਦਊਗਾ ਜਾਨੀ ਕਿ ਇੱਕ ਬੰਦਾ ਅੜਿਆ ਹੋਇਆ ਸਰਕਾਰ ਦੇਖੋ ਸਪੋਰਟ ਕਿਦੀ ਕਰ ਰਹੀ ਆ ਦੂਜੇ ਪਾਸੇ ਪੂਰੇ ਦੇਸ਼ ਚ ਹਲਚਲ ਆ ਸਾਰੇ ਦੇਖ ਰਹੇ ਨੇ ਵੀ ਕਮਾਲ ਹੋ ਗਈ ਇੱਕ ਬੰਦੇ ਨੂੰ ਬਚਾਉਣ ਲਈ ਇੱਦਾਂ ਕੀ ਆ ਕਿੱਡੀ ਕਬੱਡੀ ਗੱਲ ਐ ਜੇ ਆਪਣੇ ਆਪ ਨੂੰ ਸਾਫ਼ ਸੁਥਰਾ ਕਹਿੰਦਾ ਤੇ ਜਾਂਚ ਦੋ ਪਿੱਛੇ ਕੀ ਹੜਾ ਦੱਸ ਕੋ ਕਹੇ ਕਿ ਮੈਂ ਅਸਤੀਫਾ ਦਿੰਦਾ ਜਾਂਚ ਕਰੋ ਜੇ ਮੇਰੇ ਖਿਲਾਫ ਹੁੰਦਾ ਮੈਨੂੰ ਸਜ਼ਾ ਦਿਓ ਨਹੀਂ ਜਿਨ੍ਹਾਂ ਨੇ ਅਲੀਗੇਸ਼ਨ ਲਾਇਆ ਉਹਨਾਂ ਨੂੰ ਫੜ ਕੇ ਅੰਦਰ ਦੇ ਦਿਓ ਜੀ ਇਹਦੇ ਚ ਇਹਦੇ ਚ ਕਿਹੜੀ ਗੱਲ ਆ ਪਰ ਪਾਵਰ ਦਿਖਾ ਰਿਆ ਬੰਦਾ ਹੁਣ ਕਿਸਾਨ ਜੱਥੇਬੰਦੀਆਂ ਅ ਜਗਿੰਦਰ ਸਿੰਘ ਉਰ ਉਗਰਾਹਾ ਨੇ ਵੀ ਫੈਸਲਾ ਲਿਆ ਕਿ ਸਤ ਨੂੰ ਉੱਥੇ ਜਾ ਕੇ ਜਥਾ ਭੇਜਣਾ ਉੱਥੇ ਉਹਨਾਂ ਦੀ ਸਪੋਰਟ ਦੇ ਵਿੱਚ ਜੰਤਰ ਮੰਤਰ ਤੇ ਇਹਨਾਂ ਦੇ ਅਗੇਂਸ ਵੀ ਇਹਨਾਂ ਨੇ ਜਿਹੜੀ ਹਾ ਪੁਲਿਸ ਦੀ ਧੱਕੇਸ਼ਾਹੀ ਕੀਤੀ ਆ ਜਾਂ ਕੁੱਟਮਾਰ ਕੀਤੀ ਆ ਪਹਿਲਵਾਨਾਂ ਦੀ ਉਹਦੇ ਖਿਲਾਫ ਉੱਥੇ ਉਹ ਜਾ ਕੇ ਸਹਿਯੋਗ ਤੇ ਰਹੇ ਨੇ ਉੱਥੇ ਉਹ ਹਿੱਸਾ ਵਾਣਾ ਰਹੇ ਨੇ ਉਸ ਧਰਨੇ ਦਾ ਪਰ ਗੱਲ ਤਾਂ ਇੰਨੀ ਹੈ ਕਿ ਤੁਸੀਂ ਦੇਖੋ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਉੱਚਾ ਕਰਨ ਵਾਲੇ ਇੱਕ ਪਾਸੇ ਬਿਠਾ ਦੇ ਉਹਨਾਂ ਦੇ ਲਈ ਜ਼ਿਆਦਾ ਜ਼ਰੂਰੀ ਕੀ ਹੋ ਗਿਆ ਇੱਕ ਚੇਅਰਮੈਨ ਹੋ ਗਿਆ ਉਹਦਾ ਦੱਸਿਆ ਜਾ ਰਿਹਾ ਕਿ ਸ਼ਾਇਦ ਬਿਹਾਰ ਦੇ ਵਿੱਚ ਉਹਦੇ ਮੁੰਡੇ ਕੋਲੇ ਚੇਅਰਮੈਨ ਨਹੀਂ ਆ ਯੂਪੀ ਭਰਾ ਉਹਦਾ ਸੰਗ ਦਾ ਪ੍ਰਧਾਨ ਐ ਇੱਕ ਮੁੰਡਾ ਉਹਦਾ ਐਮਐਲਏ ਇੱਕ ਜਵਾਈ ਦੇ ਜਵਾਈ ਕੋਲ ਐਡਾ ਪ੍ਰਧਾਨ ਐ ਹਾਂ ਐਦਾਂ ਯਾਨੀ ਕਿ ਸਾਰਾ ਕੋਡ ਮਾ ਇਕੱਠਾ ਕਰਿਆ ਹੋਇਆ ਤੇ ਇੱਕ ਲਿਸਟ ਵੀ ਜਾਰੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਕਿ 38 ਦੇ ਕਰੀਬ ਉਹਦੇ ਤੇ ਕੇਸ ਦਰਜ ਨੇ ਜੀ ਵੱਖ-ਵੱਖ ਤਰਾਮਾਂ ਦੇ ਵੱਡੀਆਂ-ਵਡੀਆਂ ਦਾ ਤਰਾਮਾਂ ਲੱਗੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਦੇ ਬੰਦੇ ਨੂੰ ਬਚਾਉਣਾ ਕਿਤੇ ਨਾ ਕਿਤੇ ਪਾਰਟੀ ਦੀ ਪਾਰਟੀ ਦੀ ਜਿਹੜੇ ਅਕਸ ਹੈ ਪਾਰਟੀ ਦਾ ਉਹਨੂੰ ਤਾਂ ਟਾਲ ਆਉਂਦਾ ਹੀ ਹੈ ਪਰ ਇਹ ਵੀ ਦੇਖਦਾ ਹੈ ਕਿ ਖਾਰ ਖਾਸ ਕਰ ਮਹਿਲਾਵਾ ਦਾ ਜਿਹੜਾ ਸ਼ੋਸ਼ਣ ਹੈਗਾ ਉਹਦੇ ਪ੍ਰਤੀ ਕਿੰਨਾ ਕੁ ਸੰਜੀਦਾ ਆ ਬਾਕੀ ਪਾਰਟੀਆਂ ਵੀ ਤੇ ਜਿਹੜੀਆਂ ਸੱਤਾ ਦੇ ਵਿੱਚ ਬੈਠੀਆਂ ਪਾਰਟੀਆਂ ਉਹ ਵੀ ਨਹੀਂ ਜੀ ਵਿਰੋਧੀ ਪਾਰਟੀਆਂ ਦਾ ਵੀ ਰੋਲ ਆਉਂਦਾ ਨਾ ਇੱਥੇ ਕਿ ਉਹ ਕਿੰਨਾ ਕੁ ਸਪੋਰਟ ਕਰਦੀਆਂ ਨੇ ਆਰਮਨਾਲ ਸ਼ਾਂਤੀ ਨਾਲ ਮੂਕ ਦਰਸ਼ਕ ਬਣ ਕੇ ਦੇਖ ਰਹੇ ਨੇ ਹੁਣ ਤੱਕ ਦਾ ਹੱਲਾ ਗੁੱਲਾ ਮੱਚ ਜਾਣਾ ਚਾਹੀਦਾ ਸੀ ਗੱਲ ਤਾਂ ਦੇਸ਼ ਦੀਆਂ ਪਹਿਲਵਾਨਾਂ ਦੀ ਗੱਲ ਹੈ ਖਿਡਾਰੀਆਂ ਦੀ ਗੱਲ ਹੈ ਖਾਸ ਕਰ ਮਹਿਲਾਵਾਂ ਦੇ ਸ਼ੋਸ਼ਣ ਦੀ ਗੱਲ ਹੈ ਤੇ ਬਾਕੀ ਪਾਰਟੀਆਂ ਚੁੱਪ ਕਿਉਂ ਨੇ ਇੱਥੇ ਵੀ ਸਵਾਲ ਖੜਾ ਹੁੰਦਾ ਜੀ ਬਿਲਕੁਲ ਸੁਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਖਬਰਾਂ ਦੇ ਵਿਚਾਰ ਚਰਚਾ ਕਰਨ ਦੇ ਲਈ ਧੰਨਵਾਦ ਸ਼ੁਕਰੀਆ ਜੀ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪ੍ਰਮੋਦ ਸਿੰਘ ਰਾਇਪੁਰ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਾਂ ਦਾ ਪੰਜਾਬੀ ਦੇ ਉੱਤੇ ਧੰਨਵਾਦ